ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗੁਰਜਿੰਦਰ ਸਿੰਘ ਪੰਗੂ ਤੋਂ ਇਸ ਵੇਲੇ ਮੇਰੇ ਨਾਲ ਮੌਜੂਦ ਨੇ ਆਰਥਿਕ ਮਾਹਿਰ ਡਾਕਟਰ ਬਲਵਿੰਦਰ ਸਿੰਘ ਢੌਣਾ। ਸਰ ਸਤਿ ਸ਼੍ਰੀ ਅਕਾਲ ਜੀ, ਆਇਆਂ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਦੋਸਤੋ, ਗੱਲਬਾਤ ਪੰਜਾਬ ਤੇ ਕਈ ਅਹਿਮ ਮਸਲਿਆਂ ਦੇ ਉੱਪਰ ਹੋਊਗੀ। ਜਿਸ ਤਰੀਕੇ ਦੇ ਨਾਲ ਹੁਣ ਪੰਜਾਬ ਦੀ ਸਿਆਸਤ ਵੀ ਆਪਣੇ ਸਾਹਮਣੇ ਹੈ, ਕਿਉਂਕਿ ਬੜਾ ਕੁਛ ਕਲੀਅਰ ਹੋ ਗਿਆ। ਇੱਕ ਤਾਂ ਤੁਸੀਂ ਦੇਖੋ ਕਿ ਜਿਹੜੇ ਕਿਸਾਨ ਨੇ ਉਹ ਮੰਡੀ ਚ ਰੁੜ ਰਹੇ ਨੇ। ਕਿਸਾਨਾਂ ਦਾ ਇਹਦੇ ਚ ਦੋਸ਼ ਕੋਈ ਨੀ, ਰੌਲਾ ਤੇ ਰੌਲਾ ਸਿਰਫ ਸਿਆਸਤ ਆ, ਕਿਉਂਕਿ ਸੈਂਟਰ ਦੇ ਵਿੱਚ ਜਿਹੜੀ ਸਰਕਾਰ ਹੈ, ਗਵਰਨਮੈਂਟ ਆਫ ਇੰਡੀਆ, ਉਹ ਬੀਜੇਪੀ ਹੈ, ਤੇ ਇੱਧਰ ਸਟੇਟ ਦੇ ਵੀ ਸਰਕਾਰ ਹੈ, ਉਹ ਆਮ ਆਦਮੀ ਪਾਰਟੀ ਹੈ, ਤੇ ਖੱਜਲ ਖੁਆਰ ਇਹਦੇ ਚ ਕਿਸਾਨ ਹੋ ਰਿਹਾ। ਠੀਕ ਹੈ, ਟੈਕਨੀਕਲੀ ਕਾਰਨ ਵੀ ਹੈਗੇ ਨੇ, ਪਰ ਜ਼ਿਆਦਾਤਰ ਸਿਆਸਤ ਮੈਟਰ ਕਰ ਰਹੀ ਹੈ ਇਸ ਮਾਮਲੇ ਦੇ ਵਿੱਚ। ਤੇ ਇਹਦੇ ਨਾਲੋਂ ਨਾਲ ਖਬਰ ਲਵਾਂਗੇ ਦੂਜੀ ਕਿ ਪੰਜਾਬ ਦੇ ਜਿਹੜੇ MLA ਨੇ, ਇਹਨਾਂ ਦੀ ਜਿਹੜੀ ਮੀਟਿੰਗਾਂ ਨੇ ਉਹ ਅਰਵਿੰਦ ਕੇਜਰੀਵਾਲ ਲੈ ਰਹੇ ਨੇ ਦਿੱਲੀ ਦੇ ਵਿੱਚ। ਇੱਦਾਂ ਹੀ ਪੰਜਾਬ ਦੇ ਇੱਕ MLA ਨੇ ਚਿੱਠੀ ਲਿਖੀ ਹੈ ਸੰਧਵਾ ਨੂੰ। ਉਹਨਾਂ ਨੇ ਕਿਹਾ ਕਿ ਸਾਡੀ ਹੱਦ ਤੱਕ ਹੋਈ ਹੈ, ਯਾਨੀ ਕਿ ਸਾਡੀ ਇਮੇਜ ਪਰ ਗੱਲ ਆਈ ਹੈ ਕਿ ਉਹ ਮਾਮਲਾ ਕਿਵੇਂ ਆਮ ਆਦਮੀ ਪਾਰਟੀ ਦੇ MLA ਦੀ ਬੇਇੱਜ਼ਤੀ ਹੋਈ ਤੇ ਕਿਵੇਂ ਉਹਨਾਂ ਨੇ ਮਹਿਸੂਸ ਕੀਤਾ ਇਸ ਚੀਜ਼ ਨੂੰ ਕਿ ਮੇਰੀ ਬੇਇੱਜ਼ਤੀ ਹੋਈ ਹੈ, ਉਹ ਚੀਜ਼ ਵੀ ਨਾਲੋਂ ਨਾਲ ਲਵਾਂਗੇ। ਟੋਣਾ ਸਰ, ਸਭ ਤੋਂ ਪਹਿਲਾਂ ਜਿਹੜਾ ਇਸ਼ੂ ਹੈ ਆਪਾਂ ਉਹ ਸਿਆਸਤ ਨੂੰ ਵੀ ਟੱਚ ਕਰ ਲੈਂਦੇ ਹਾਂ। ਹੁਣ ਦੇਖੋ ਕਿ ਪੰਜਾਬ ਦੇ ਵਿੱਚ ਵੀ ਜ਼ਿਮਨੀ ਚੋਣਾਂ ਨੇ, ਤੇ ਬੜਾ ਕੁਛ ਹੈ। ਸ਼੍ਰੋਮਣੀ ਅਕਾਲੀ ਦਲ ਆਪਸੀ ਵਿਵਾਦ ਚੱਲਦਾ, ਉਹਨਾਂ ਦੀ ਜਿਹੜੀ ਪੰਥਕ ਸਿਆਸਤ ਹੈ, ਅਕਾਲੀਆਂ ਦੀ ਪੰਥਕ ਸਿਆਸਤ ਉਲਝੀ ਹੋਈ ਹੈ, ਉਹਦਾ ਕੋਈ ਤਾਣਾ ਬਾਣਾ ਸਾਰਾ ਉਹ ਉਲਝਿਆ ਹੋਇਆ, ਹੱਲ ਕੋਈ ਨਿਕਲ ਨਹੀਂ ਰਿਹਾ ਅਕਾਲੀਆਂ ਦਾ। ਕਾਂਗਰਸ ਨੇ ਆਪਣੇ ਉਮੀਦਵਾਰ ਐਲਾਨੇ, BJP ਨੇ ਆਪਣੇ ਉਮੀਦਵਾਰ ਐਲਾਨੇ, ਪਰ ਇਸ ਪੂਰੀ ਸਿਆਸਤ ਦੇ ਵਿਚਾਲੇ ਜਿਹੜੇ ਸਭ ਤੋਂ ਮੇਨ ਪੁਆਇੰਟ ਹੈ ਉਹ ਹੈਗੀ ਹੈ ਪੰਜਾਬ ਦੀ ਇਕੋਨਮੀ ਤੇ ਪੰਜਾਬ ਦੀ ਕਿਸਾਨੀ, ਜਿਹਨੂੰ ਪੂਰੀ ਆਲ ਓਵਰ ਸਿਆਸਤ ਨੇ ਬਿਲਕੁਲ ਇਗਨੋਰ ਕਰਤਾ। ਪਹਿਲਾਂ ਪੰਚਾਇਤੀ ਚੋਣਾਂ ਦੇ ਵਿੱਚ ਉਲਝੇ ਰਹੇ ਤੇ ਹੁਣ ਜ਼ਿਮਨੀ ਚੋਣਾਂ ਦੀ ਅਨਾਊਂਸਮੈਂਟ ਹੋ ਗਈ। ਇਹਦੇ ਵਿਚਾਲੇ ਹੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਪੰਜਾਬ ਦੇ MLA ਨੇ ਇਹ ਦਿੱਲੀ ਸੱਦ ਲਏ ਕਿ ਆ ਜਾਓ, ਰਿਪੋਰਟਾਂ ਤੁਹਾਡੀਆਂ ਇੱਥੇ ਪਹੁੰਚ ਗਈਆਂ, ਆ ਕੇ ਹੁਣ ਤੁਹਾਡੇ ਨਾਲ ਹਿਸਾਬ ਕਿਤਾਬ ਕਰਦੇ ਹਾਂ। ਅੱਗੇ ਦਿੱਲੀ ਦੇ ਵਿੱਚ ਵੀ ਚੋਣਾਂ ਨੇ, ਇੱਕ MLA ਨੇ ਇੱਕ ਚਿੱਠੀ ਲਿਖੀ ਕੁਲਤਾਰ ਸੰਧਵਾ ਨੂੰ ਕਿ ਸਾਡੇ ਨਾਲ ਠੀਕ ਨਹੀਂ ਹੋਇਆ, ਸਾਨੂੰ ਕੋਈ ਸੀਰੀਅਸ ਨਹੀਂ ਲਿਆ ਗਿਆ, ਸਾਰੇ ਜਿਹੜੇ ਸਿਆਸਤ ਦੇ ਮਾਮਲੇ ਨੇ। ਕਿਸ ਤਰੀਕੇ ਨਾਲ ਦੇਖ ਰਹੇ ਹੋ ਸਰ ਤੁਸੀਂ ਜੀ? ਪੰਗੂ ਸਾਹਿਬ, ਜਿੱਥੋਂ ਤੱਕ ਤਾਂ ਪਹਿਲਾਂ ਝੋਨੇ ਦਾ ਗੱਲ ਹੈਗੀ ਹੈ, ਉਹ ਬੜੀ ਦੇਰ ਦਾ ਰੌਲਾ ਚੱਲੀ ਜਾਂਦਾ। ਦੇਖੋ, 1 ਤਰੀਕ ਤੋਂ ਖਰੀਦ ਸ਼ੁਰੂ ਹੋਣੀ ਸੀਗੀ, ਅੱਜ ਮਤਲਬ 23 ਤਰੀਕ ਹੋ ਗਈ, ਲਗਭਗ 1 ਮਹੀਨਾ ਵਿੱਚ ਦੁਸਹਿਰਾ ਵੀ ਲੰਘ ਗਿਆ, ਕਈ ਤਿਉਹਾਰ ਹੋਰ ਵੀ ਲੰਘ ਗਏ, ਅਤੇ ਹੁਣ ਦਿਵਾਲੀ ਵੀ ਆਉਣ ਵਾਲੀ ਹੈ, ਅਤੇ ਜਦੋਂ ਇਹ ਸਾਰਾ ਕੁਛ ਹੋ ਰਿਹਾ ਉਦੋਂ ਮਤਲਬ ਪਹਿਲੀ ਵਾਰੀ ਮੇਰਾ ਖਿਆਲ ਐਡੀ ਵੱਡੀ ਕਿਸਾਨਾਂ ਦੀ ਖੱਜਲ ਖੁਆਰੀ ਪਹਿਲੀ ਵਾਰੀ ਹੋ ਰਹੀ ਹੈ। ਅਤੇ ਮਤਲਬ ਇਹ ਕੋਈ 44,000 ਕਰੋੜ ਰੁਪਏ ਦਾ ਝੋਨਾ ਪੈਦਾ ਹੋਣਾ, 180-86 ਲੱਖ ਟਨ ਦੇ ਕਰੀਬ, ਅਤੇ ਜਿਹੜੀਆਂ ਖਬਰਾਂ ਆ ਰਹੀਆਂ ਉਹ ਆ ਰਹੀਆਂ ਕਿ ਜੀ 22 ਲੱਖ ਟਨ ਵਿਕ ਗਿਆ ਜੀ, ਅਸੀਂ ਇਹ ਕਰ ਲਿਆ ਉਹ ਕਰ ਲਿਆ ਅਸੀਂ ਚੱਕ ਲਿਆ। ਇਹਦੇ 'ਚ 5,000 ਦੇ ਕਰੀਬ ਸੈਲਰ ਵਾਲੇ ਨੇ, 20,000-21,000 ਦੇ ਕਰੀਬ ਜਿਹੜਾ ਇੱਕ ਅੰਕੜਾ ਜਾ ਉਹ 'ਚ ਆੜਤੀਏ ਵੀ ਸ਼ਾਮਿਲ ਹੈ, ਲੇਕਿਨ ਕਿਸਾਨ ਤਾਂ ਜਿਹੜੇ 11 ਲੱਖ ਦੇ ਕਰੀਬ ਕਿਸਾਨਾਂ ਦੀ ਗਿਣਤੀ ਹੈਗੀ ਹੈ, ਅਤੇ ਉਹ 11 ਲੱਖ ਪਰਿਵਾਰ ਜਿਹੜੇ ਕਿਸਾਨੀ ਹੈ ਉਹ ਜਿਹੜੇ ਆ 11 ਤੋਂ ਵੱਧ ਹੀ ਹੋਣਗੇ, ਉਹਦੇ ਝੋਨਾ ਪੈਦਾ ਕਰਨ ਵਾਲੇ, ਮੈਜੋਰਟੀ ਝੋਨਾ ਪੈਦਾ ਕਰਨ ਵਾਲੇ ਆ। ਹੁਣ ਇਹ ਜਿਹੜੀ ਖੱਜਲ ਖੁਆਰੀ ਹੋ ਰਹੀ ਹੈ, ਪਹਿਲੀ ਗੱਲ ਤਾਂ ਇਹ ਬੇਈਮਾਨੀ ਹੈਗੀ ਕੇਂਦਰ ਸਰਕਾਰ ਦੀ, ਉਹਨਾਂ ਨੂੰ ਪਤਾ ਸੀਗਾ, ਕਿਉਂਕਿ ਐਂ ਨਹੀਂ ਹੁੰਦਾ ਵੀ ਉੱਥੇ ਕੁਛ ਹੋ ਹੀ ਨਹੀਂ ਰਿਹਾ, ਜਦੋਂ ਆਊਗਾ ਤਾਂ ਐਵੇਂ ਹੀ ਫਾਈਲ ਤੁਰੂਗੀ। ਉਹਨਾਂ ਕੋਲ ਤਾਂ ਇੱਕ ਚਾਰਟ ਹੁੰਦਾ ਵੀ ਸਾਡਾ ਇੱਥੇ ਪਿਆ ਅਤੇ ਆਹ ਹੁਣ ਫਸਲ ਆਉਣੀ ਹੈ, ਇਹ ਫਸਲ ਤੋਂ ਪਹਿਲਾਂ ਅਸੀਂ ਇਹ ਥਾਂ ਖਾਲੀ ਕਰਨਾ ਤਾਂ ਕਿ ਨਵੀਂ ਫਸਲ ਆ ਸਕੇ, ਸਟੋਰ ਬਾਰੇ ਤਾਂ ਇਹ ਕਲੀਅਰ ਹੈ। ਅਤੇ FCI ਨੂੰ ਵੀ ਪਤਾ, FCI ਨੂੰ ਆਪਣੇ ਪਤਾ ਵੀ ਸਾਡਾ ਕਿੱਥੇ ਕਿੱਥੇ ਸਟੋਕ ਪਿਆ ਅਤੇ ਕਿੱਥੇ ਆਉਣਾ, ਉੱਥੇ ਕਣਕ ਦਾ ਸਟੋਕ ਪਿਆ, ਉੱਥੇ ਪਿਛਲੇ ਚੌਲਾਂ ਦਾ ਸਟੋਕ ਪਿਆ, ਇਹ ਪਤਾ ਹੁੰਦਾ। ਉਹਨਾਂ ਨੇ ਤਾਂ ਕੀਤੀ ਇਹ ਜਾਣ ਬੁੱਝ ਕੇ ਵੀ ਨਹੀਂ ਚੱਕੇ, ਅਤੇ ਇਹਦੇ ਵੱਲ ਨਹੀਂ ਤਵੱਕੋ ਦਿੱਤੀ। ਉਹ ਮੇਰਾ ਖਿਆਲ ਜਿਹੜੀ ਪੰਜਾਬ ਅਤੇ ਹਰਿਆਣੇ 'ਚ ਵੀ ਕਾਫੀ ਬੁਰੇ ਹਾਲ ਹੈ, ਅਤੇ ਉਹ ਜਿਹੜੀ ਹੋ ਰਹੀ ਹੈ ਨਾ ਪੰਜਾਬ ਅਤੇ ਹਰਿਆਣਿਆਂ ਨਾਲ, ਉਹ ਕਹਿੰਦੇ ਵੀ ਲਓ ਸਵਾਦ ਨਾ, ਤੁਸੀਂ ਕਹਿੰਦੇ ਹੋ ਵੀ ਹਾਂਜੀ ਸਰਕਾਰੀ ਖਰੀਦ ਅਤੇ ਮੰਡੀਆਂ ਸਰਕਾਰੀ ਚੱਲਣਗੀਆਂ, ਉਹਦੇ 'ਚ ਇਹ ਹੋ ਰਿਹਾ ਕਿ ਹਾਂਜੀ ਤੁਹਾਨੂੰ ਪ੍ਰਾਈਵੇਟ ਆਪੀ ਤੁਸੀਂ ਕਹੋ ਕਿ ਅਸੀਂ ਤਾਂ ਜੀ ਪ੍ਰਾਈਵੇਟ ਕੋਲ ਜਾਵਾਂਗੇ, ਸੈਲੋ ਜਿਹੜੇ ਆ ਉਹ ਬਣਾ ਦਿਓ ਅਤੇ ਉੱਥੇ ਜਾ ਕੇ ਆਪਣੇ ਸਿੱਟਣ, ਇਹਨਾਂ ਦੀ ਖੱਜਲ ਖੁਆਰੀ ਕਰੋ ਤਾਂ ਕਿ ਬੋਲ ਨਾ ਸਕਣ। ਇਹ ਤਾਂ ਉਹਨਾਂ ਦੀ ਪਲਾਨ ਜਿਹੜੀ ਹੈ ਨਾ, ਸੋਚੀ ਸਮਝੀ, ਉਹਦੇ 'ਚੋਂ ਨਤੀਜਾ ਹੁਣ ਕਿਹੜਾ ਨਿਕਲ ਰਿਹਾ। ਜੇ ਉਹਨਾਂ ਦੀ ਨਹੀਂ ਵੀ ਸੀ ਤਾਂ ਤੁਸੀਂ ਬਹੁਤ ਸਾਰੇ ਜਿਹੜੇ ਮੇਲੇ ਹੁੰਦੇ ਆ ਜਾਂ ਹੋਰ ਹੁੰਦੇ ਆ, ਉਦੋਂ ਸਪੈਸ਼ਲ ਟ੍ਰੇਨਾਂ ਪੈਸੇਂਜਰ ਵਾਲੀਆਂ ਚਲਾਉਂਦੇ ਹੋ,
ਤੇ ਤੁਸੀਂ ਇੱਥੇ ਜਿਹੜੀਆਂ ਇਹ ਹੈਗੀਆਂ ਫਰਾਈਟ ਚਾਰਜ ਵਾਲੀਆਂ ਜਿਹੜੀਆਂ ਮਾਲ ਗੱਡੀਆਂ ਹੈ ਉਹਨਾਂ ਦਾ ਇੰਤਜ਼ਾਮ ਕਰਨਾ ਕਿੰਨਾ ਕੁ ਔਖਾ ਕੰਮ ਹੈ ਵੀ ਹਾਂ ਜੀ ਤੁਸੀਂ ਚੱਕਣਾ ਤੇ 5 ਦਿਨ ਲਈ ਲਾ ਦਿਓ ਤੁਸੀਂ ਹੈ ਨਾ ਜੀ, ਬਾਕੀ ਸਿਸਟਮ ਜਿਹੜਾ ਉਹਨੂੰ ਥੋੜ੍ਹਾ ਡਿਸਟਰਬ ਕਰਕੇ ਤੁਸੀਂ ਕਰ ਸਕਦੇ ਹੋ ਜੇ ਕਰਨਾ ਚਾਹੋ, ਪਰ ਉਹ ਕਰ ਨਹੀਂ ਰਹੇ। ਪੰਜਾਬ ਸਰਕਾਰ ਜਿਹੜੀ ਹੈ ਮੇਰਾ ਖਿਆਲ ਇੰਨਾ ਪ੍ਰਸ਼ਾਸਨਿਕ ਤੌਰ 'ਤੇ ਇਹਨਾਂ ਦਾ ਬੁਰਾ ਹਾਲ ਹੋ ਗਿਆ ਕਿ ਪ੍ਰਸ਼ਾਸਨ ਜਾਂ ਗਵਰਨੈਂਸ ਤਾਂ ਕੋਈ ਦਿਖਦੀ ਨਹੀਂ ਹੁਣ, ਉਹ ਇਸ ਕਰਕੇ ਨਹੀਂ ਦਿਖ ਰਹੀ ਵੀ ਜਿਹੜੀ ਗੱਲ 3 ਮਹੀਨੇ ਪਹਿਲਾਂ ਉਠਾਉਣੀ ਚਾਹੀਦੀ ਸੀ, 3 ਮਹੀਨੇ ਪਹਿਲਾਂ ਰੌਲਾ ਪਾਉਂਦੇ ਵੀ ਸੈਂਟਰ ਵਾਲੇ ਨਹੀਂ ਚੱਕਦੇ, ਫਿਰ 2.5 ਮਹੀਨੇ ਪਹਿਲਾਂ ਪਾਉਂਦੇ, 2 ਮਹੀਨੇ ਪਹਿਲਾਂ ਕੋਈ ਪ੍ਰੋਟੈਸਟ ਕਰਦੇ, ਅਤੇ ਕਿਸਾਨ ਆੜ੍ਹਤੀਏ ਅਤੇ ਸੈਲਰ ਵਾਲੇ ਇਹਨਾਂ ਦੇ ਨਾਲ ਹੁੰਦੇ ਵੀ ਹਾਂਜੀ ਨਹੀਂ ਚੱਲਦੇ, ਤਾਂ ਕੇਂਦਰ ਵਾਲੇ ਮਤਲਬ ਇਹਦੇ 'ਤੇ ਆਉਂਦੇ ਵੀ ਤੁਹਾਡੇ ਫੋਕਸ ਦੇ ਵਿੱਚ ਆਉਂਦੇ ਵੀ ਕੇਂਦਰ ਨਹੀਂ ਕਰ ਰਿਹਾ, ਇਹ ਸਮੱਸਿਆ ਹੋਊਗੀ। ਅਤੇ ਤੁਸੀਂ ਮਤਲਬ 1 ਜਿਹੜੀ ਅਕਤੂਬਰ ਤੋਂ ਸ਼ੁਰੂ ਹੋਣੀ ਆ ਖਰੀਦ, ਤਾਂ ਤੁਸੀਂ 15 ਦਿਨ ਪਹਿਲਾਂ ਚਿੱਠੀ ਲਿਖਦੇ ਹੋ, ਫਿਰ ਜਦੋਂ ਖਰੀਦ ਸ਼ੁਰੂ ਹੋ ਗਈ ਫਿਰ ਉਹਨੂੰ ਮਿਲਣ ਜਾਂਦੇ ਹੋ ਮੰਤਰੀਆਂ ਨੂੰ, ਅਤੇ ਤੁਸੀਂ ਤਾਂ ਉੱਥੇ ਆਪਣਾ ਕੰਟੀਨਿਊਸਲੀ ਜੇ ਤੁਹਾਡੇ ਏਜੰਡੇ 'ਤੇ ਹੁੰਦਾ ਵੀ ਖਰੀਦ ਕਰਨੀ ਹੈ ਅਤੇ ਖਰੀਦ ਕਰਕੇ ਭਾਈ ਆਹ ਕੁਛ ਕਰਨਾ, ਫਿਰ ਤੁਸੀਂ ਆਪਣਾ ਇਹ ਕਰਦੇ, ਤੁਸੀਂ ਤਾਂ ਮੰਤਰੀ ਬਦਲਦੇ ਰਹੇ, ਦਿੱਲੀ ਤੋਂ ਆਪਣਾ ਕੋਈ ਤੁਹਾਡਾ ਐਡਵਾਈਜ਼ਰ ਆਉਂਦਾ ਰਿਹਾ, ਫਿਰ ਚੀਫ ਐਡਵਾਈਜ਼ਰ ਇਕਨੋਮਿਕ ਅਫੇਅਰਸ ਆਉਂਦੇ ਰਹੇ, ਫਿਰ ਐਡਵਾਈਜ਼ਰ ਆਉਂਦੇ ਰਹੇ, ਉਹ ਕੰਮ ਤਾਂ ਚੱਲ ਰਹੇ ਹੈ। ਅਤੇ ਕੇਜਰੀਵਾਲ ਸਾਹਿਬ ਨੇ ਪਹਿਲਾਂ ਵੀ ਮੰਤਰੀ ਨਾ ਮੁੱਖ ਮੰਤਰੀ ਨੂੰ ਛੱਡ ਕੇ ਪਹਿਲਾਂ ਮੰਤਰੀਆਂ ਦੀ ਮੀਟਿੰਗ ਲਾਈ ਹੈ ਨਾ, ਫਿਰ ਮੰਤਰੀਆਂ ਨੂੰ ਸਿੱਧੇ ਵੀ ਫੋਨ ਕਰਦੇ ਆ, ਉਹ ਕੰਮ ਤਾਂ ਠੀਕ ਹੈ, ਅਤੇ ਉਹਨਾਂ ਨੂੰ ਇਹ ਨਹੀਂ ਦਿਖ ਰਿਹਾ ਵੀ ਉੱਥੇ ਝੋਨਾ ਜਿਹੜਾ ਨਾ ਵਿਕ ਨਹੀਂ ਰਿਹਾ ਅਤੇ ਇਹਦਾ ਕੀ ਕਰਨਾ। ਉਹ ਜਿਹੜੀ ਗੱਲ 3 ਮਹੀਨੇ ਪਹਿਲਾਂ ਕਰਨੀ ਸੀ ਉਹ ਨਹੀਂ ਕੀਤੀ, ਉਹ ਕੇਂਦਰ ਵੀ ਇਹਦੇ ਵਿੱਚ ਜ਼ਿੰਮੇਵਾਰ ਹੈਗਾ, ਉਹਨਾਂ ਨੇ ਤਾਂ ਆਪਣੀ ਪਾਲਿਸੀ ਦੇ ਹਿਸਾਬ ਨਾਲ ਚਲਾਈ, ਜਿਹੜੀ ਉਹਨਾਂ ਦੀ ਕਾਰਪੋਰੇਟ ਪੱਖੀ ਨੀਤੀ ਹੈ, ਇਹ ਕਾਰਪੋਰੇਟ ਪੱਖੀ ਨੀਤੀਆਂ ਦਾ ਨਤੀਜਾ ਕਿ ਉਹਨਾਂ ਨੂੰ ਲੱਗਦਾ ਕਿ ਬਾਕੀ ਜਿਹੜੀ ਯੂਪੀ ਹੁਣ ਕਰ ਲੈਂਦੀ ਹੈ, ਮੱਧ ਪ੍ਰਦੇਸ਼ 'ਚ ਉਨਾ ਹੋ ਜਾਂਦਾ, ਹਾਂਜੀ ਅੱਗੇ ਵੈਸਟ ਬੰਗਾਲ 'ਚ ਵੀ ਹੋ ਜਾਂਦਾ, ਬਿਹਾਰ 'ਚ ਹੋ ਜਾਂਦਾ, ਵੀ ਉਹਦੇ ਨਾਲ ਸਾਡਾ ਸਰੀ ਜਾਂਦਾ, ਜਿਹੜਾ 80 ਕਰੋੜ ਬੰਦਿਆਂ ਨੂੰ ਉਹ 5 ਕਿਲੋ ਅਨਾਜ ਦਿੰਦੇ ਆ ਜਿਹਦੇ ਜ਼ਿਆਦਾਤਰ ਚਾਵਲ ਹੀ ਦਿੱਤੇ ਜਾਂਦੇ ਆ, ਉਹਨਾਂ ਦਾ ਸਰ ਜਾਂਦਾ, ਉੱਥੇ ਬਫਰ ਸਟਾਕ ਹੈਗਾ, ਇਸ ਲਈ ਤੁਸੀਂ ਇਹਨੂੰ ਨਾ ਚੱਕੋ। ਹਾਂਜੀ ਦੂਜੇ ਪਾਸੇ ਹੈ ਕਿ ਅਸੀਂ ਹੰਗਰ ਇੰਡੈਕਸ ਦੇ ਵਿੱਚ 127 ਮੁਲਕਾਂ ਦਾ ਹੰਗਰ ਇੰਡੈਕਸ ਆਇਆ ਵੀ ਲੋਕ ਭੁੱਖੇ ਮਰਦੇ ਆ, ਅਸੀਂ ਉਹਦੇ 'ਚ 105ਵੇਂ ਨੰਬਰ 'ਤੇ ਹਾਂ, ਅਸੀਂ ਬੰਗਲਾਦੇਸ਼ ਨੇਪਾਲ ਨਾਲੋਂ ਵੀ ਮਤਲਬ ਉੱਤੇ ਹੈ, ਅਤੇ ਇਹਦਾ ਮਤਲਬ ਕਿ ਬੰਦਿਆਂ ਨੂੰ ਖਾਣ ਲਈ ਪ੍ਰੋਪਰ ਮਿਲਦਾ ਨਹੀਂ ਅਨਾਜ, ਉਹਨਾਂ ਦਾ 5 ਕਿਲੋ ਨਾਲ ਨਹੀਂ ਸਰਦਾ, ਉਹਨਾਂ ਨੂੰ 7 ਕਿਲੋ 10 ਕਿਲੋ ਦਿੱਤਾ ਜਾ ਸਕਦਾ, ਜੇ 10 ਕਿਲੋ ਦੇਣਾ ਫਿਰ ਤੁਹਾਨੂੰ ਉਹਦੀ ਰਿਕੁਆਇਰਮੈਂਟ ਚਾਹੀਦੀ ਹੈ, ਅਤੇ ਉਹ ਜੇ ਦੇਣਾ ਤਾਂ ਹੰਗਰ 'ਤੇ ਤੁਸੀਂ ਘਟਾਉਣੀ ਹੈ, ਹੰਗਰ ਇੰਡੈਕਸ ਇੰਪਰੂਵ ਕਰਨਾ, ਉਹਦੇ ਲਈ ਦਾਲਾਂ ਪੈਦਾ ਕਰਕੇ ਅਤੇ ਅਨਾਜ ਪੈਦਾ ਕਰਕੇ ਉਹਨਾਂ ਨੂੰ ਦਿਓ, ਮੇਨਲੀ ਤਾਂ ਇਹੀ ਹੈ। ਸਾਡੇ ਜਿਹੜੀ ਪਹਿਲਾਂ ਲੇਬਰ ਆਉਂਦੀ ਸੀਗੀ ਬਾਹਰਲੀ, ਉਹ ਖਾਂਦੇ ਗਏ ਚੌਲ ਅਤੇ ਆਲੂ, ਹਾਂਜੀ ਆਲੂ ਚੌਲ ਹੀ ਮੰਗਦੇ ਸੀਗੇ ਅਤੇ ਆਲੂ ਚੌਲ ਹੀ ਦਿੰਦੇ ਸੀਗੇ ਉਹਨੂੰ ਲੋਕ ਜਦੋਂ ਜੀਰੀ ਵੱਢਣ ਆਉਂਦੇ ਸੀ ਉਹ, ਜਾਂ ਜੀਰੀ ਲਾਉਣ ਆਉਂਦੇ ਆ। ਸੋ ਉਹ ਜਿਹੜਾ ਸੀ ਵੀ ਜੇ ਤੁਸੀਂ ਉਹਨੂੰ, ਉਹਨਾਂ ਕੋਲ ਪੈਸੇ ਹੈ ਨਹੀਂ ਖਰੀਦਣ ਲਈ ਲੋਕਾਂ ਕੋਲ, ਉਹ ਗਰੀਬੀ ਜਿਹੜੀ ਹੈ 60-65%, ਇਹਨਾਂ ਦੇ ਅੰਕੜੇ ਕੁਛ ਹੋਰ ਕਹਿੰਦੇ ਆ, ਜੇ ਤੁਸੀਂ ਕੈਲਰੀ ਵੇਸਟ ਕਹੋ ਤਾਂ ਜਿਹੜੇ ਸਕਾਲਰ ਕਹਿੰਦੇ ਆ ਉਹਨਾਂ ਦੇ ਅੰਕੜੇ ਆ ਕਿ ਭਾਈ ਸਾਹਿਬ 65-70% ਲੋਕ ਗਰੀਬ ਆ, ਉਹਦਾ ਪੂਰਾ ਖਾਣਾ ਖਾ ਨਹੀਂ ਸਕਦੇ, ਅਤੇ ਉਹ ਜੇ ਖਾਣਾ ਉਹਨਾਂ ਨੇ ਪ੍ਰੋਪਰ ਖਾਣਾ ਉਹਨਾਂ ਕੋਲ ਪੈਸੇ ਚਾਹੀਦੇ ਹੈ, ਬੇਰੁਜ਼ਗਾਰੀ ਦੀ ਹੱਦ ਕਿਤੇ ਦੀ ਕਿਤੇ ਟੱਪੀ ਪਈ ਹੈ ਇੰਡੀਆ 'ਚ ਤੁਹਾਡੇ ਸਾਹਮਣੇ ਹੈ, ਅਤੇ ਤੁਸੀਂ ਜਿਹੜੇ ਇਹਨੂੰ ਰੱਖ ਵੀ ਰਹੇ ਹੋ 10-10 ਹਜ਼ਾਰ 15 ਹਜ਼ਾਰ ਅਤੇ ਅਗਨੀਵੀਰ, ਹਾਂਜੀ ਅਤੇ ਤੁਸੀਂ ਜਿਹੜੇ ਪੰਜਾਬ 'ਚ ਵੀ ਰੱਖੇ ਜਾ ਰਿਹਾ, ਪੰਜਾਬ ਸਰਕਾਰ ਵੀ ਉਹ ਵੀ ਠੇਕੇ 'ਤੇ ਆ ਧੱਕੇ ਖਾਂਦੇ ਫਿਰਦੇ, ਅਤੇ ਖਰੀਦਣਾ ਕਿੱਥੋਂ ਕਿਸੇ ਨੇ, ਤਾਂ ਅਨਾਜ ਜਿਹੜਾ ਖਰੀਦਿਆ ਜਾਣਾ ਉਹਦੀ ਡਿਮਾਂਡ ਜਿੰਨੀ ਹੈਗੀ ਹੈ ਉਹ ਕੋਈ ਫਾਲਤੂ ਨਹੀਂ ਹੈ, ਰੌਲਾ ਹੈਗਾ ਕਿ ਲੋਕਾਂ ਨੂੰ ਖਾਣ ਲਈ ਨਹੀਂ ਮਿਲ ਰਿਹਾ, ਉਹ ਖਰੀਦਣ ਯੋਗੇ ਨਹੀਂ ਹੈ, ਲੇਕਿਨ ਇਹਨਾਂ ਦੀ ਨੀਤੀ ਥੱਲੇ ਉਹ ਇੱਥੋਂ ਚੱਕਿਆ ਨਹੀਂ, ਕੇਂਦਰ ਨੇ ਤਾਂ ਆਪਣਾ ਬਣਾ ਲਿਆ ਵੀ ਕਿਸਾਨੀ ਦੇ ਖਿਲਾਫ ਜਾਣਾ, ਅਤੇ ਕਿਸਾਨੀ ਦੇ ਖਿਲਾਫ ਜਾ ਕੇ ਜਿਵੇਂ ਹੁਣ ਵਰਲਡ ਓਵਰ ਚੱਲਿਆ ਵਾ ਅਨਾਜ ਦੀ ਜਿਹੜੀ ਕਮੀ ਹੈ ਯੂਕਰੇਨ ਵਾਰ ਕਰਕੇ, ਆ ਜਿਹੜਾ ਹੁਣ ਇਰਾਨ ਇਰਾਕ 'ਚ ਵੀ ਹੋ ਗਿਆ, ਇਹਦੇ ਕਰਕੇ ਕਾਫੀ ਵੱਡਾ ਜਿਹੜਾ ਫੂਡ ਸਿਕਿਉਰਿਟੀ ਹੈ, ਜਿਹੜੀ ਖਾਦ ਪਦਾਰਥਾਂ ਦਾ ਜਿਹੜਾ ਸੰਕਟ ਆਉਣ ਵਾਲਾ ਉਹ ਕਾਫੀ ਵੱਡਾ ਉਹਦੇ 'ਚ ਹੈਗਾ, ਅਤੇ ਉਹਦੇ 'ਚ ਬਹੁਤ ਸਾਰਾ ਕੁਛ ਚੱਲਣਾ, ਹੁਣ ਉਹਦੇ 'ਚ ਕਪਾਹ ਦਾ ਵੀ ਰੌਲਾ ਹਲੇ ਸਾਡੇ ਤਾਂ ਚੱਲ ਰਿਹਾ ਉਹ, ਸੋ ਇਸ ਕਰਕੇ ਉਹਨਾਂ ਨੇ ਤਾਂ ਸ਼ਰਾਰਤ ਕੀਤੀ ਕਿਸਾਨੀ ਦੇ ਖਿਲਾਫ਼, ਖੇਤ ਮਜ਼ਦੂਰਾਂ ਦੇ ਖਿਲਾਫ਼ ਅਤੇ ਆਮ ਲੋਕਾਂ ਦੇ ਖਿਲਾਫ਼, ਕਿਉਂਕਿ ਜੇ ਕਿਸਾਨ ਦੇ ਪੈਸੇ ਫਸ ਗਏ ਤਾਂ ਮਜ਼ਦੂਰ ਦੇ ਵੀ ਫਸ ਗਏ, ਉਹਨੇ ਮਜ਼ਦੂਰ ਨੂੰ ਵੀ ਦੇਣੇ ਹੈ। ਅੱਛਾ ਆੜ੍ਹਤੀਆਂ ਨੂੰ ਉਹਨੇ ਪੈਸੇ ਦੇਣਾ, ਉਹਦਾ ਵਿਆਜ ਪਈ ਜਾਂਦਾ,
ਉਹਦਾ 2% ਉਹਨੇ ਚੱਕਿਆ ਵਾ, ਜਦੋਂ ਉਹਦਾ ਵਿਕੂਗਾ ਉਹਦੇ ਤਾਂ ਉੱਥੇ ਲੀਕ ਵੱਜਣੀ ਉਹਦੀ ਬਹੀ ਖਾਤੇ 'ਚ, ਅਤੇ ਉਹਦਾ 2% ਦੇ ਨਾਲ ਜਿਉਂ ਜਿਉਂ ਲੇਟ ਹੋ ਗਿਆ ਜੀ, ਉਹਦਾ ਜੇ 1 ਲੱਖ ਰੁਪਈਆ ਲਿਆ ਵਾ ਅਗਲੇ ਨੂੰ ਪਤਾ ਨਹੀਂ ਕਿੰਨੇ 1,000 ਰੁਪਈਏ ਪੈ ਰਹੇ ਆ 2 ਲੱਖ ਦੇ, ਸੋ ਮਰ ਰਿਹਾ ਉਹ। ਅਤੇ ਇਸ ਕਰਕੇ ਇਹ ਜ਼ਿੰਮੇਵਾਰ ਪੂਰੀ ਦੀ ਪੂਰਾ ਪੂਰੀ ਜਿਹੜੀ ਹੈ ਨਾ ਉਹ ਸੂਬਾ ਸਰਕਾਰ ਵੀ ਹੈ ਅਤੇ ਕੇਂਦਰ ਸਰਕਾਰ ਦੀ ਪੂਰੀ ਸ਼ਰਾਰਤ ਆ, ਉਹ ਹੁਣ ਵੀ ਕਰ ਰਹੀ ਹੈ, ਪਰ ਉਹਨੂੰ ਆਮ ਆਦਮੀ ਪਾਰਟੀ ਟੈਕਲ ਨਹੀਂ ਕਰ ਰਹੀ ਨਾ। ਹੁਣ ਆ ਕੇ ਬੋਲਣਾ ਸ਼ੁਰੂ ਹੋਇਆ ਕੱਲ੍ਹ ਵੀ ਹਾਂ ਜੀ ਕੇਂਦਰ ਨਹੀਂ ਕਰਦਾ, ਅਤੇ ਤੁਸੀਂ 2 ਦਿਨ ਕੀ ਕਹਿੰਦੇ ਸੀ, ਜਿੱਦਣ ਤੋਂ ਇਹਨਾਂ ਦੇ ਬਿਆਨ ਆਉਣੇ ਸ਼ੁਰੂ ਹੋਏ ਵੀ ਕੋਈ ਸਮੱਸਿਆ ਨਹੀਂ ਜੀ, ਦਾਣਾ ਦਾਣਾ ਚੱਕ ਦਿਆਂਗੇ, ਇਹ ਕਲੀਅਰ ਕਰ ਜੂ, ਇਹ ਐਂ ਕਲੀਅਰ ਕਰ ਦਾਂਗੇ, ਕਿਹਾ ਕਿਸੇ ਨੇ ਵੀ ਸਮੱਸਿਆ? ਸਮੱਸਿਆ ਤਾਂ ਖੜੀ, ਹੁਣ ਆ ਕੇ ਤੁਸੀਂ ਫਸ ਗਏ, ਹੁਣ ਕਹਿੰਦੇ ਹੋ ਜੀ ਕੇਂਦਰ ਜ਼ਿੰਮੇਵਾਰ ਹੈ, ਅਤੇ ਤੁਸੀਂ ਪਹਿਲਾਂ ਕਿਹੜਾ ਸੁੱਤੇ ਪਏ ਸੀਗੇ? ਕੇਂਦਰ ਇੱਕ ਸ਼ਰਾਰਤ ਪ੍ਰੋ ਕਾਰਪੋਰੇਟ ਦੇ ਬੇਸ 'ਤੇ ਕਰ ਰਿਹਾ, ਅਤੇ ਤੁਸੀਂ ਕੀ ਕਰ ਰਹੇ ਹੋ? ਤੁਸੀਂ ਇਹ ਲੋਕਾਂ ਨੂੰ ਬਚਾਉਣਾ, ਜੇ ਉਹ ਫਸਾਉਣਾ ਚਾਹੁੰਦੇ ਹੈ ਤਾਂ ਤੁਸੀਂ ਬਚਾਉਣਾ, ਅਤੇ ਬਚਾਉਣ ਲਈ ਤੁਹਾਨੂੰ ਇੰਨੀ ਕੁ ਮਤਲਬ ਵਿਦਵਤਾ ਚਾਹੀਦੀ ਹੈ, ਇੰਨੀ ਕੁ ਸਿਆਣਪਤਾ ਚਾਹੀਦੀ ਹੈ ਨਾ ਕਿ ਤੁਸੀਂ ਉਹਨਾਂ ਦੀ ਸਮਝ ਸਕੋ ਚਾਲ ਨੂੰ, ਤਾਂ 3 ਮਹੀਨੇ ਪਹਿਲਾਂ ਸ਼ੁਰੂ ਹੁੰਦੇ। ਤੁਸੀਂ ਹੁਣ ਸਾਰੇ ਕਿਸਾਨ ਫਸਾ ਤੇ, ਖੇਤ ਮਜ਼ਦੂਰ ਫਸਾ ਤੇ, ਵਪਾਰੀ ਵੀ ਫਸਾ ਤੇ ਇਹਦੇ 'ਚ, ਅਤੇ ਇਹਦੇ 'ਚ ਹੋਰ ਲੋਕ ਵੀ ਫਸ ਗਏ ਕਿੰਨੇ, ਕਿਉਂਕਿ ਇਹਦਾ ਇੱਕ ਸਰਕਲ ਚੱਲਣਾ ਪੈਸਾ ਜਿਹੜਾ, ਜੇ 44,000 ਕਰੋੜ ਰੁਪਈਆ ਸਾਡਾ 2,04,000 ਕਰੋੜ ਦਾ ਬਜਟ ਹੈ, ਇਹ 25% ਹੈ ਇਹ ਬਜਟ ਦਾ, ਜਿਹੜਾ ਇਸੇ ਸੀਜ਼ਨ 'ਚ ਮਤਲਬ ਮਹੀਨੇ ਦੇ ਵਿੱਚ ਹੀ ਖਰਚ ਆਉਣਾ ਹੁੰਦਾ, ਪੈਸੇ ਆਏ ਜੋ ਮਹੀਨੇ 1.25 ਮਹੀਨੇ 'ਚ ਹੋ ਗਏ, ਅਗਲੇ ਨੇ ਕਣਕ ਵੀ ਬੀਜਣੀ ਆ, ਉਹਦੇ ਲਈ ਰੇਹ ਵੀ ਖਰੀਦਣਾ, ਹੋਰ ਵੀ ਕੁਛ ਖਰੀਦਣਾ, ਉਹ ਖਰਚੇ ਤਾਂ ਅਗਲੇ ਦੇ ਖੜੇ ਹੈ, ਜੀਰੀ ਤੁਹਾਡੀ ਵਿਕਦੀ ਨਹੀਂ ਝੋਨਾ, 3-3, 4-4 ਦਿਨ ਹੋ ਗਏ। ਸੋ ਇਹ ਸ਼ੋਅ ਕਰਦਾ ਕਿ ਕੇਂਦਰ ਸਰਕਾਰ ਪ੍ਰੋ ਕਾਰਪੋਰੇਟ ਕਰਕੇ ਸ਼ਰਾਰਤ ਕਰ ਰਹੀ ਹੈ, ਅਤੇ ਸ਼ਰਾਰਤ ਕੀਤੀ ਉਹਨੇ ਹਰਿਆਣੇ ਅਤੇ ਇਹਦੇ ਪੰਜਾਬ ਦੇ ਕਿਸਾਨਾਂ ਦੇ ਖਿਲਾਫ, ਅਤੇ ਇਹਨਾਂ ਨੂੰ ਬਚਾਉਣ ਲਈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਉਹ ਨਾਕਾਮਯਾਬ ਰਹੀ, ਉਹ ਉਹਦੀ ਗਵਰਨੈਂਸ ਹੈ ਨਹੀਂ, ਉਹਨੂੰ ਅਵੇਅਰਨੈਸ ਵੀ ਹੈ ਨਹੀਂ। ਹੁਣ ਤੁਸੀਂ ਦੱਸੋ ਨਾ, ਸਾਰੇ ਕਿਸਾਨ ਬੈਠੇ ਹੈ, ਹਾਈਵੇ ਤੁਹਾਡੇ ਬੰਦ ਹੋ ਰਹੇ ਹੈ, ਸਾਰਾ ਕੁਛ ਹੋ ਰਿਹਾ, ਉਹ ਕਹਿੰਦਾ PTM ਹੋ ਰਹੀ ਹੈ ਜੀ, ਪੇਰੈਂਟ ਟੀਚਰ ਮੀਟਿੰਗ ਕਰ ਰਹੇ ਹੈ ਜੀ, ਵੱਡੀ ਮਹਿਗਾ, ਉਹ ਤੁਸੀਂ ਭਾਈ ਸਾਹਿਬ ਉੱਥੇ ਲੋਕ ਫਸੇ ਹੋਏ ਜਿਨ੍ਹਾਂ ਦੇ ਬੱਚੇ ਪੜ੍ਹਦੇ ਆ ਸਕੂਲਾਂ 'ਚ, ਹੋਰ ਹੈ ਉਹ ਤਾਂ ਉੱਥੇ ਚੀਕਾਂ ਮਾਰਦੇ ਹੈ, ਹੈ ਨਾ, ਤੁਹਾਡੀ PTM ਨੂੰ ਜੇ ਮਹੀਨਾ ਲੇਟ ਵੀ ਹੋਜੂ, 20 ਦਿਨ ਲੇਟ ਹੋਜੂ, ਕੀ ਆਫਤ ਆਉਣ ਲੱਗੀ ਆ ਉਹਦੀ, ਉਹ ਡੀਰੇਲ ਕਰਨਾ ਚਾਹੁੰਦੇ ਆ, ਉਹ ਹੋਰ ਪਾਸੇ ਨੂੰ ਲਿਜਾਣਾ ਚਾਹੁੰਦੇ ਆ ਉਹਨੂੰ, ਹਾਂਜੀ ਉਸ ਪਾਸਿਓਂ ਕਿਸੇ ਹੋਰ ਪਾਸੇ ਪਾਉਣਾ ਚਾਹੁੰਦੇ, ਕਦੇ ਕੁਛ ਕਹਿੰਦੇ ਆ, ਕਦੇ ਕੁਛ ਕਰਦੇ ਆ, ਵਿੱਚ ਆ ਚੋਣਾਂ ਵੀ ਆ ਗਈਆਂ, ਹੈ ਨਾ, ਅੱਛਾ ਮੁਲਾਜ਼ਮ ਉਹ ਦੁਖੀ ਹੈ, ਜਿਹੜੇ ਨਹੀਂ ਕੱਚੇ ਤੋਂ ਪੱਕੇ ਉਹ ਵੀ ਦੁਖੀ ਹੈ, DA ਮੁਲਾਜ਼ਮਾਂ ਨੂੰ ਨਹੀਂ ਮਿਲ ਰਿਹਾ, ਉਹਨਾਂ ਦੇ ਮਸਲੇ ਨਹੀਂ ਹੱਲ ਹੋ ਰਹੇ, ਮਤਲਬ ਅੱਗੇ 9 ਯੂਨੀਵਰਸਿਟੀ ਦੇ BC ਨਹੀਂ ਆ ਰਹੇ, ਤਾਂ ਪੰਜਾਬੀ ਯੂਨੀਵਰਸਿਟੀ ਦਾ ਬਾਈ ਚਾਂਸਲਰ 2 ਮਹੀਨੇ ਹੋਇਆ ਕਿ ਆਇਆ ਹੀ ਨਹੀਂ, ਇੱਥੇ ਯੂਨੀਵਰਸਿਟੀ ਨਹੀਂ ਪਹੁੰਚਿਆ, ਉਹਨੂੰ ਲੱਭ ਰਹੇ ਬੰਦੇ, ਅਤੇ ਉਹ ਜਿਹੜਾ ਵਿੱਚ ਨੂੰ ਹਿਸਟਰੀ 'ਚ ਯੂਨੀਵਰਸਿਟੀ ਦੀ 5 ਦਿਨ BCO ਨਹੀਂ ਰਿਹਾ ਪਿਛਲੇ ਮਹੀਨੇ। ਸੋ ਇਹ ਮਤਲਬ ਪੂਰੇ ਦਾ ਪੂਰਾ ਕੀ ਸ਼ੋਅ ਕਰਦਾ ਕਿ ਜਿਹੜਾ ਵੱਡਾ ਮਸਲਾ, ਚਲੋ ਇਹ ਤਾਂ ਆਪਣੀ ਥਾਂ 'ਤੇ ਹੈਗੇ ਆ ਕਿ ਇੱਕ ਫਸਲ ਆ ਰਹੀ ਹੈ, ਉਹਦਾ ਟਾਈਮ ਲਾਈਨ ਤੁਹਾਨੂੰ ਪਤਾ, ਟਾਈਮ ਲਾਈਨ ਹੈਗੀ ਭਾਈ 1 ਅਕਤੂਬਰ ਨੂੰ ਫਸਲ ਜਿਹੜੇ ਕਿਸਾਨ ਆ ਉਹਨਾਂ ਨੇ ਵੱਢ ਕੇ ਇੱਥੇ ਲਿਆਉਣੀ ਹੈ ਅਤੇ ਉਹ ਚੱਕਣੀ ਹੈ ਅਤੇ ਵੇਚਣੀ ਹੈ, ਤੁਸੀਂ ਉਹਦਾ ਇੰਤਜ਼ਾਮ ਨਹੀਂ ਕਰ ਰਹੇ ਜਿਹਦਾ ਤੁਹਾਨੂੰ 2-3 ਮਹੀਨੇ 4 ਮਹੀਨੇ ਪਹਿਲਾਂ ਪਤਾ, ਜਿਹਦਾ ਕੋਈ ਆਫਤਾ ਹੀ ਹੋਵੇ ਨਾ, ਤੁਸੀਂ ਇਹ ਦੱਸੋ ਜਿਹੜੇ ਪਹਿਲਾਂ ਕਹਿੰਦੇ ਸੀ ਹੜ੍ਹਾਂ 'ਚ ਅਸੀਂ ਇਹ ਕਰਦਾਂਗੇ ਉਹ ਕਰਦੇ, ਜੇ ਹੜ੍ਹ ਆ ਜਾਣੇ ਕੀ ਕਰਨਗੇ, ਜਿਹਦਾ ਜਿਹੜੇ ਤੁਹਾਨੂੰ 2 ਮਹੀਨੇ ਪਹਿਲਾਂ ਵਾਲੀ ਦਾ ਨਹੀਂ ਪਤਾ ਲੱਗਦਾ ਵੀ ਇਹਦਾ ਕੀ ਕਰਨਾ। ਸੋ ਹੁਣ ਉੱਥੇ ਪਈ ਉਹ ਮੰਡੀਆਂ 'ਚੋਂ ਲਿਫਟ ਨਹੀਂ ਹੋ ਰਹੀ, ਹੈ ਨਾ, ਪੱਲੇਦਾਰਾਂ ਨੂੰ ਵੀ ਕੋਈ ਪੈਸੇ ਨਹੀਂ ਮਿਲ ਰਹੇ, ਸੋ ਇਸ ਕਰਕੇ ਇਹ ਜਿਹੜਾ ਵਿੱਚ ਇੱਕ PR 126 ਦਾ ਰੌਲਾ, ਉਹ ਕਿਸੇ ਕੰਢੇ ਨਹੀਂ ਲੱਗ ਰਿਹਾ ਵੀ ਉਹਦਾ ਟੋਟਾ ਕਿੰਨਾ ਹੋਣਾ ਚਾਹੀਦਾ, ਕਿੰਨਾ ਹੋਊਗਾ, ਇਹ ਸਾਰੇ ਕਾਸੇ 'ਚ ਵੱਡੀ ਗੱਲ ਕੀ ਹੈ। ਦੇਖੋ ਕਿਸਾਨ ਦੀ ਲੁੱਟ ਦਾ ਸਿਰਾ ਸੈਲਰ ਵਾਲੇ ਵੱਲੋਂ ਵੀ, ਵਿੱਚੇ ਉਹਦੇ ਆੜਤੀਏ ਵੀ ਸ਼ਾਮਿਲ ਹੋ ਗਏ ਹੁਣ, ਕਿ ਜੇ ਤੁਸੀਂ 8 ਕਿਲੋ ਦੀ ਕਟਾਈ ਕਰਾ ਲਓ ਅੱਜ ਚੁਕਾ ਦਿਓ, ਹੈ ਨਾ, ਅੱਜ ਚੁਕਾ ਦਿਓ, ਉਹ ਕਹਿੰਦਾ 8 ਕਿਲੋ ਕੱਟਾਂਗੇ, 100 ਕੁਇੰਟਲ ਪਿੱਛੇ 8 ਕੁਇੰਟਲ ਦੇ ਦਿਓ, ਇਹ ਸ਼ਰੇਆਮ ਲੁੱਟ ਹੋ ਰਹੀ ਹੈ, ਕਈ ਥਾਵਾਂ 'ਤੇ ਚੱਕੀ ਵੀ ਗਈ ਇਹ, ਹੈ ਨਾ, ਜਿਹੜੀਆਂ ਖਬਰਾਂ ਆ ਰਹੀਆਂ ਵੀ ਕਈ ਥਾਵਾਂ 'ਤੇ ਚੱਕ ਵੀ ਲਈ, ਕਿ ਜੇ ਤੁਸੀਂ 8 ਕੁਇੰਟਲ ਕੱਟ ਲਾ ਕੇ ਚੱਕ ਰਹੇ ਹੋ ਵੀ ਭਾਈ ਭਾਈ ਉਹ ਕਿਵੇਂ ਚੱਕ ਹੋ ਰਹੀ ਹੈ, ਜਿਹੜਾ ਸਟੈਂਡਰਡ ਕੱਟ ਹੈ 1 ਕਿਲੋ ਦਾ ਜਾਂ 2 ਕਿਲੋ ਦਾ, ਉਹਦੇ ਤੋਂ ਬਾਅਦ ਤਾਂ ਸ਼ਰੇਆਮ ਲੁੱਟ ਹੈ ਇਹ ਕਿਸੇ ਕਿਸਾਨੀ ਦੀ ਫਸੇ ਹੋਏ ਬੰਦੇ ਦੀ, ਜਿਹੜਾ ਬੰਦਾ ਫਸ ਗਿਆ, ਉਹਨੇ ਕੋਈ ਵਿਆਹ ਰੱਖਿਆ ਵਾ, ਉਹਨੇ ਕੋਈ ਹੋਰ ਆਪਣਾ ਕਰਜ਼ਾ ਦੇਣਾ, ਜਾਂ ਉਹਨੇ ਕੋਈ ਸੌਦਾ ਕਰ ਲਿਆ, ਜਾਂ ਕੁਛ ਹੋਰ ਹੋ ਗਿਆ, ਜੇ ਉਹ ਦੇਣਾ ਉਹ ਕਹਿੰਦਾ ਆ ਜਾ ਫੇਰ ਹੈਗਾ ਤੇਰੇ ਲਈ ਹੱਲ ਹੈਗਾ, ਇੰਨੀ ਲਟਾਈ ਕਰਾ,
ना वो आढ़ती भी कह रहे हैं कहते साढ़े को हिला जी जे जट किसान ही आके कहना मैं तो फस गया कटाओ कहना 8 किलो कट के कट लो सैलर वाले कट के चक लेंगे है ना बड़ी कमाल की गल भी कोई सिस्टम नहीं थोड़े कोई वह हिला नहीं हूँ किसान लेटेस्ट जी SKM की मीटिंग हुई जी वो कहते जी 2 दिन चाहिए है अच्छा किसानों का पता भी 2 दिन च इन्हों से कुछ नहीं होना हूँ तक लारी लाते रहे तो झूठ ही बोल देंगे भी इसलिए बड़ा कुछ हो लिया जिमें अज PRTC वालों का जाम लग्या है ना जे कंट्रैक्ट वाले एक ड्राइवर कंडक्टर है वो कहते लालजीत भुलर आए नहीं जी मीटिंग का टाइम दे के है ना जे पता नहीं की होना वो कहते हम अभी असैम्बली चोणों भी यही करा वो मतलब SKM वाले ने यह क्या भी 2 नहीं भाई 4 दिन लो तुम 4 दिन दिते थोनों फिर असं बड़े एक्शन करा वो हूँ 4 दिन लंघ गए होया कुछ नहीं होया कि 2 दिन बाद जो कुछ नहीं बनया फिर अपना केंद्र वाले गाला कढ़निया शुरू कर लिया तुम अपना भी तो दसो असी की करा भी असी चक्कर ले जी 3 महीने पहला मिले मंत्री असी आ चिट्ठी लिखी या करी जग जाहर करो ना की करा भी केंद्र नहीं कर रहा कला ए नहीं सरदा भी केंद्र कर रहा केंद्र का तो पता कर रहा वह कारपोरेट पक्षी नीतियां चल रहा किसान वो खिलाफ लड़ रहे हैं पर तुम दसो भी 3 महीने तो जो पिया स्टॉक 2 महीने तो तुम की करा जोड़ा चक्या नहीं की तुम वो ट्रैकिंग की भी कदों कदों कि किन्ना चक्या गया कदों चक्या जाता वह तो जिन्ना हूँ स्टॉक पिया जे अज भी चकना शुरू कर दो किन्ने दिन लगन गए जी उन्हें चकन लई किन्ने दिन चाहिए है क्लीयर करने लिए ये होर मतलब तुम वो बारे कही जाओ तो मैं तो कहना हाँ भी जे नहीं केंद्र ने चक्या ट्रक भरवाओ तो रेलवे स्टेशन छड़ दो रेलवे स्टेशन सेंटर जानू कदों जो मर्जी ले जाओ एक असी सिक्योरिटी वाला लाता जे गुम गया थोड़ी जिम्मेवारी ट्रक भर के आ रख दे आ पे आ थोड़े रेलवे के जाड़ च है ना सारे रेलवे स्टेशन है है ना उत्थे अपना छड़े उन्होंने चक के तुसी भी तुसी नहीं चकते असी चक के छड़े पल्लेदार भी मसला ला ला के लड़के जो फस गए उदो 1 रुपया के किन्ने ओदी लेबर बधाई ते ओ मतलब चुकाउणे कित्थों आ की करना तुसी ना कोई पता नहीं कोई ओदा है नहीं मतलब सिर पैर है नहीं गा मतलब इन्नी एडमिनिस्ट्रेशन का जिहड़ा बुरा हाल है सो ये अपने तार ते किसान फसे हुए है हुण SKM की मीटिंग 23 तरीक नूं जिहड़ी अज होली उहदे चों कहिंदे जी 25 नूं असीं 11 तों 3 सारियां मंडियां जिथे जिथे पैंदियां उहदे नेड़े जिन्ने हाईवे उह बंद करांगे 11 तों 3 4 घंटे ते उहदे बाद 29 तरीक नूं उहनां ने फिर कॉल देती भी DC दफ्तर घेरांगे 11 तों 3 ये उन्हों का है ये तो अगलिया की समस्या हूँ यही समस्या कि उन्होंने अनाउंस करता और बैल इन एडवांस करता भी कल का दिन है परसों तक लोग जान लेन भाई ये बंद है तो लोग भी आते हैं लोग कहते जी ये बंद कर दिया देखो अदरवाइज बंद होना तुम कर सकते हो लेकिन ये समस्या लिए बंद तो होर वो को हिले ही कोई नहीं किसान को जे वो किसान CM नाल मीटिंग हो गए हल नहीं निकलता वो फसल बिक नहीं रही एक बड़ा सैक्शन जिहड़ा जिहदे च मतलब 35-36% जिहड़े साडे कामे काम करदे होण ना खेत मजदूरां दे ते 11 लख परिवार किसानां दा होवे ते बाकी व्यापारी उहदे नाल जुड़े हुए होण पिंड दी इकोनमी जुड़ी भी होवे जे उह तहस नहस हो रही होवे ते जे उह बंद करदे है उह तां सारे लोकां नूं बचा रहे है उह तां जिहड़े लोक आ के इतराज भी करदे आ ना बड़े उहनां नूं भी बचा रहे आ उहनां नूं भी समझणा चाहीदा भाई इहनां दी ठीक है वह मेरा ख्याल शहर बंद कर देने चाहिए हूँ तो फिर यही जी हालात हो गए ना भी शहर भी बंद है जी तुम दसो करना की है हूँ ना ये बड़ा क्राइसिस है तो ये की करना वो हूँ जी उन्होंने बंद की कॉल दी उन्होंने कहता विद्यार्थी हो बरात हो एंबूलेंस हो जी किसी ने विदेश जाना होना खुला उन्होंने लंघा उन्होंने अपन लंघन देना बाकी जेडे उन्होंने रोकना है ना हुण सरकार लई फिर कल का दिन है जे करना पहला 2 दिन मंगते सी ना 24 का फिर पिया कल का दिन तो परसों 11 बजे तक कर लेन लेकिन बड़ा क्राइसिस है पंजाब लई पंजाब दे लोकां लई कल्ला किसानी का नहीं खेत मजदूरां का व्यापारियों का सारे लई ये बड़ा क्राइसिस है सरकार दी कैपेसिटी उहदी है नहीं इहनूं सॉल्व करन दी इहदा की बनना बहुत सीरीयस सिचुएशन है कोई कह नहीं सकदा नंबर ए इहदा जीरी दे बारे च
ਦੂਜਾ ਜਿਹੜਾ ਤੁਸੀਂ ਕਹਿੰਦੇ ਹੋ ਵੀ ਇੱਕ MLA ਸਾਹਿਬ ਗਏ, ਉਹ ਕਹਿੰਦੇ ਜੀ ਜਿਹੜਾ ਇੱਥੇ ਦਾ ਇੰਚਾਰਜ ਸੀਗਾ ਹੈੱਡ ਉਹ ਗੈਰ ਹਾਜ਼ਰ ਸੀਗਾ, ਅਤੇ ਬਾਕੀ ਟੀਚਰਾਂ ਨੇ ਉਹਨੂੰ ਕਮਰਿਆਂ 'ਚੋਂ ਕਹਿੰਦੇ ਆਪਣੇ ਕਮਰਿਆਂ 'ਚੋਂ ਬਾਹਰ ਨਹੀਂ ਆਏ ਉਹਨੂੰ ਰਿਸੀਵ ਕਰਨ, ਹੈ ਨਾ। ਇਹ ਤੁਸੀਂ ਦੇਖੋ ਵੀ ਉਹ ਬੰਦਾ ਚਲੋ ਗੈਰ ਹਾਜ਼ਰ ਸੀ, ਜੇ ਗੈਰ ਹਾਜ਼ਰ ਸੀ ਤਾਂ ਠੀਕ ਹੈ ਐਕਸ਼ਨ ਕਰੋ ਵੀ ਬੰਦਾ ਗੈਰ ਹਾਜ਼ਰ ਹੈ ਬਿਨਾਂ ਛੁੱਟੀ, ਪਰ ਜੋ ਕਿਸੇ ਸਕੂਲ ਦੇ ਕੰਮ ਗਿਆ ਵਾ ਹੋਇਆ ਫਿਰ ਕੀ ਪਤਾ, ਸਕੂਲ ਦੇ ਕੰਮ ਤੁਸੀਂ ਉਹਨੂੰ ਤੋਰੀ ਰੱਖਦੇ ਹੋ ਸਕਦਾ ਸਕੂਲ ਦੇ ਕੰਮ ਹੋਵੇ, ਇਹ ਵੀ ਦੇਖ ਲੈਣਾ ਚਾਹੀਦਾ, ਪਰ ਜੇ ਉਹ ਜਾਣ ਬੁੱਝ ਕੇ ਗੈਰ ਹਾਜ਼ਰ ਛੁੱਟੀ ਨਹੀਂ ਲਈ ਫਿਰ ਤੁਸੀਂ ਐਕਸ਼ਨ ਕਰੋ। ਪਰ ਜਿਹੜੇ ਬਾਕੀ ਦੇ ਟੀਚਰ ਬੈਠੇ ਹੈ ਜੇ ਉਹ ਕਲਾਸਾਂ ਲਾ ਰਹੇ ਹੈ ਜੇ ਉਹ ਬੱਚਿਆਂ ਨੂੰ ਪੜ੍ਹਾਉਂਦੇ ਹੈ ਤਾਂ MLA ਨੂੰ ਕਿਉਂ ਰਿਸੀਵ ਕਰਨ ਜਾਣ? MLA ਉਹਨੂੰ ਐਪਰੀਸ਼ੀਏਟ ਕਰਦਾ ਵੀ ਇਹ ਜੀ ਦੇਖੋ ਕਲਾਸਾਂ ਲਾਉਂਦੇ ਸੀ ਮੈਂ ਇਹਨਾਂ ਨੂੰ ਬਹੁਤ ਵਧੀਆ ਐਪਰੀਸ਼ੀਏਟ ਕਰਦਾ, ਅਤੇ MLA ਇਹ ਡਿਮਾਂਡ ਕਰੇ ਵੀ ਇਹਦਾ ਕਲਾਸਾਂ ਨਹੀਂ ਜੀ ਕਲਾਸਾਂ ਲਾ ਰਹੇ ਸੀ ਉਹਨੂੰ ਕਲਾਸਾਂ ਛੱਡ ਕੇ ਮੈਨੂੰ ਨਹੀਂ ਹੈ ਨਾ ਰਿਸੀਵ ਕਰਨਾ ਹੈ, ਇਹੋ ਜਿਹੇ MLA ਤੋਂ ਕੀ ਜਿਹੜਾ ਬੱਚਿਆਂ ਦੀ ਪੜ੍ਹਾਈ ਛਡਾਉਂਦਾ? ਉਹ ਮਤਲਬ ਜਾਂ ਤਾਂ ਕਹੋ ਵੀ ਉਹ ਵਿਹਲੇ ਬੈਠੇ ਸੀ, ਇਹ ਸਾਰੀ ਚਿੱਠੀ 'ਚ ਕੋਈ ਜ਼ਿਕਰ ਨਹੀਂ ਵੀ ਉਹ ਬੱਚਿਆਂ ਨੂੰ ਨਹੀਂ ਸੀ ਪੜ੍ਹਾ ਰਹੇ, ਅਤੇ ਮੈਂ ਬੱਚਿਆਂ ਦਾ ਟੈਸਟ ਲਿਆ ਉਹ ਬੱਚੇ ਨੂੰ ਆਉਂਦਾ ਕੁਛ ਨਹੀਂ ਗਾ, ਇਹ ਕੁਛ ਨਹੀਂ ਗਾ MLA ਨੂੰ ਇਹ ਕੋਈ ਫਿਕਰ ਨਹੀਂ ਗਾ। ਤੁਹਾਨੂੰ ਯਾਦ ਹੋਣਾ ਧਰਮਸੋਤ ਜਦੋਂ ਮੰਤਰੀ ਸੀਗੇ ਇਹਦਾ ਨਾਂ ਲਿਖਣ ਲੱਗੇ ਇੱਕ ਪ੍ਰਿੰਸੀਪਲ ਦੇ ਸਸਪੈਂਡ ਕਰਾਤੀ ਸੀ ਉਹਨੇ 90 ਦੀ, ਅਤੇ ਆਪ ਭਾਈ ਸਾਹਿਬ ਅੱਜ ਕਿੱਥੇ ਹੈ ਨਾ, ਆਪ ਅੱਜ ਹੋਰ ਕਿਤੇ ਤੁਰੇ ਫਿਰਦੇ ਆ। ਸੋ MLA ਮੈਨੂੰ ਤਾਂ ਲੱਗਦਾ ਵੀ ਇਹਨਾਂ ਨੂੰ ਮਤਲਬ ਸਮਝ ਹੀ ਕੋਈ ਨਹੀਂ, ਇਹਨਾਂ ਦਾ ਕੋਈ ਲੈਵਲ ਮਤਲਬ ਇਸ ਤਰ੍ਹਾਂ ਦਾ ਕਿ ਤੁਸੀਂ ਕਹੋ MLA ਸਕੂਲ 'ਚ ਗਿਆ, ਸਗੋਂ ਜਾਣਾ ਚਾਹੀਦਾ ਗੁਪਤ, ਅਤੇ ਉਹ ਦੇਖਣਾ ਚਾਹੀਦਾ ਬੱਚਿਆਂ ਦੀ ਪੜ੍ਹਾਈ ਹੋ ਰਹੀ ਹੈ ਕਿ ਨਹੀਂ, ਜੇ ਤਾਂ ਉਹ ਮੁੱਦਾ ਉਠਾਉਂਦਾ ਫਿਰ ਤਾਂ ਐਜੂਕੇਸ਼ਨ ਦੇ ਹੱਕ 'ਚ ਹੈਗਾ। ਪਰ ਜੇ ਉਹ ਕਹਿੰਦਾ ਮੈਨੂੰ ਆ ਕੇ ਹਾਰ ਪਾਓ ਮੇਰੀ ਆਓ ਭਗਤ ਕਰੋ, ਇਹ ਇੱਕ ਮਤਲਬ ਜਿਹੜਾ ਨਾ ਸੋਚ ਦਾ ਪੱਧਰ ਹੈ, ਇਹ ਸਮਝ ਦਾ ਪੱਧਰ ਆ, ਇਹ ਸਮਝ ਨਿਗੂਣੀ ਹੈ, ਬਾਉਣੀ ਸਮਝ ਹੈ ਸਕੂਲ ਦੇ ਬਾਰੇ 'ਚ। ਜੇ ਤੁਸੀਂ ਜਾਣਾ ਤਾਂ ਉੱਥੇ ਦੇਖਣਾ, ਅਤੇ ਉਹ ਤੋਂ ਅੱਗੇ ਸਪੀਕਰ ਸਾਹਿਬ ਆ ਜਿਹੜੀ ਚਿੱਠੀ ਕੱਢਤੀ ਵੀ ਆਓ ਜੀ 22 ਨੂੰ ਚੰਡੀਗੜ੍ਹ ਮੇਰੇ ਕੋਲ ਦੱਸੋ, ਉਹ ਹੋਰ ਪੜ੍ਹਾਈ ਦਾ ਨੁਕਸਾਨ ਲੱਗਿਆ ਕਰਨ, ਉਹ ਸਕੂਲ ਛੱਡ ਕੇ ਆਉਣਗੇ ਨਾ ਛੁੱਟੀ ਲੈ ਕੇ, ਉੱਥੇ ਬੱਚੇ ਪੜ੍ਹਾਉਣੇ ਆ ਕਿ ਤੁਹਾਨੂੰ ਦੱਸੀ ਜਾਣ? ਉਹ ਤੁਸੀਂ ਇਹਦਾ ਦੇਖ ਲਓ, ਉਹਨੂੰ ਇਹ ਤਾਂ ਕਹੋ ਭਾਈ ਤੁਸੀਂ ਪੜ੍ਹਾਓ, ਜਿੱਦਣ ਆ ਪੁੱਛ ਲਾਂਗੇ ਚਿੱਠੀ ਪਾ ਕੇ ਪੁੱਛ ਲਓ, ਉਹ ਕਹਿੰਦਾ ਨਹੀਂ ਪਰਸਨਲੀ ਹਾਜ਼ਰ ਹੋ ਕੇ ਦੱਸੋ। ਕਿਆ ਸਮਝ ਹੈ ਮਤਲਬ ਇੱਕ ਟੀਚਰ ਬਾਰੇ, ਇੱਕ ਸਕੂਲ ਦੇ ਸਿਸਟਮ ਬਾਰੇ ਤੁਹਾਡੀ ਕੀ ਸਮਝ ਹੈ? ਕਿ ਮਤਲਬ ਈਗੋ ਐਡੀ ਵੱਡੀ ਹੋ ਗਈ ਕਿ ਬੱਚੇ ਦਾ ਜਾਣ ਖੂਹ ਖਾਤੇ, ਜਿਹੜੇ ਕਹਿੰਦੇ ਹੈ ਉਹਦਾ ਦੀ ਪੜ੍ਹਾਈ ਹੋਵੇ ਨਾ ਹੋਵੇ, ਤੁਹਾਡੀ ਈਗੋ ਸੈਟਿਸਫਾਈ ਹੋਣੀ ਚਾਹੀਦੀ ਹੈ, ਫਿਰ ਤੁਸੀਂ ਉਹ ਸਾਰਾ ਕੰਮ ਛਡਾ ਕੇ ਉਹਨੂੰ ਕਹੋ ਜੀ ਉੱਥੇ ਆ ਜਾਓ ਦੱਸੋ, ਹੈ ਨਾ। ਕਮਾਲ ਦੇ ਫੈਸਲੇ ਆ ਵੈਸੇ, ਤੁਸੀਂ ਉਹ ਕਹਿੰਦੇ ਸਕੂਲ ਐਜੂਕੇਸ਼ਨ ਸੀ ਇਸ ਤਰ੍ਹਾਂ ਦੀ ਕਰਨੀ ਹੈ, ਤੁਸੀਂ ਉਹਨਾਂ ਨੂੰ ਕਹੋ ਪੁੱਛੋ ਵੀ ਭਾਈ ਇਹ ਕਲਾਸਾਂ ਲਾਉਂਦੇ ਸੀ? ਸਪੀਕਰ ਸਾਹਿਬ ਪੁੱਛਦੇ ਕਲਾਸ ਲਾਉਂਦੇ ਸੀਗੇ? ਉਹ ਕਹਿੰਦੇ ਵੀ ਜੇ ਲਾਉਂਦੇ ਸੀਗੇ ਉਹ ਕਹੋ ਵੀ ਠੀਕ ਕਰਿਆ ਇਹਨਾਂ ਨੇ, ਹੈ ਨਾ, ਇਹਨਾਂ ਨੇ ਆਪਣੀ ਆਪਣਾ ਕੰਮ ਕਰ ਰਹੇ ਸੀ, ਇਹ ਆਪਣੇ ਇਹਨਾਂ ਦੀ ਡਿਊਟੀ ਇੰਨੀ ਹੈ, ਇਹ ਡਿਊਟੀ ਪੜ੍ਹਾਉਣਾ ਸਾਰਾ ਕੁਝ ਕਰਨਾ, ਇਹ ਥੋੜ੍ਹਾ ਵੀ ਕਲਾਸ ਛੱਡ ਕੇ ਆ ਜਾਓ। ਤੁਸੀਂ ਦੇਖੋ ਪ੍ਰਤਾਪ ਸਿੰਘ ਕੈਰੋਂ ਸਾਹਿਬ CM ਸੀਗੇ, ਜੇ ਵਾਈਸ ਚਾਂਸਲਰ ਕਿਸੇ ਯੂਨੀਵਰਸਿਟੀ ਦਾ ਜਾਂਦਾ ਸੀ ਨਾ ਉੱਥੇ ਸੈਕਟਰੀਏਟ, ਉਹ ਆਪ ਉਤਰ ਕੇ ਉਹਨੂੰ ਰਿਸੀਵ ਕਰਨ ਆਉਂਦੇ ਸੀ ਥੱਲੇ ਵੀ ਇਹ ਪੜ੍ਹਾਉਣ ਵਾਲਾ ਬੰਦਾ ਅਧਿਆਪਕ ਹੈ। ਬਾਹਰਲੇ ਮੁਲਕਾਂ 'ਚ ਜਿਹੜਾ ਟੀਚਰ ਹੈ ਉਹਦੀ ਇੰਨੀ ਰਿਸਪੈਕਟ ਹੈ ਕਿ MP MLA ਉਹਦੇ ਆਉਣ 'ਤੇ ਖੜਾ ਹੋ ਜਾਂਦਾ ਨਾ, ਕਿੰਨੀ ਮੁਲਕ ਹੈ ਉਹਨਾਂ ਦੀ ਕੰਟਰੀਬਿਊਸ਼ਨ ਹੈ, ਕੋਰਟ 'ਚ ਅਗਲੇ ਕੋਰਟ ਉਹਦੀ ਇੱਜ਼ਤ ਕਰਦੀ ਹੈ, ਅਤੇ ਤੁਸੀਂ ਉਹਨੂੰ ਕਹਿੰਦੇ ਕਲਾਸਾਂ ਨਾ ਲਾਓ ਸਾਨੂੰ ਪੁੱਛੋ, ਹੈ ਨਾ, ਪੜ੍ਹਾਈ ਹੁੰਦੀ ਹੈ ਕਿ ਨਹੀਂ ਹੁੰਦੀ ਹੈ ਇਹ ਨਹੀਂ ਦੱਸਿਆ ਉਹਨੇ, ਉੱਥੇ ਕੁਛ ਹੈਗਾ ਬੱਚਿਆਂ ਲਈ ਕਿ ਨਹੀਂ, ਇਹ ਨਹੀਂ ਕਹਿ ਰਿਹਾ ਉਹ ਵੀ ਉਹਨਾਂ ਲਈ ਟੋਇਲਟ ਹੈਗੇ ਆ, ਕਮਰੇ ਪੂਰੇ ਹੈਗੇ, ਫਰਨੀਚਰ ਹੈਗਾ, ਹੋਰ ਕੁਛ ਹੈਗਾ, ਇਹ ਨਹੀਂ ਕਹਿ ਰਿਹਾ, ਇਹ ਨਹੀਂ ਦੱਸ ਰਿਹਾ। ਉਹ ਕਹਿੰਦਾ ਮੈਨੂੰ ਨਹੀਂ ਉਹ ਜੀ ਰਿਸੀਵ ਕਰਨਾ, ਉਹਨੂੰ ਰਿਸੀਵ ਕਰ ਲੈਂਦੇ ਬਾਕੀ ਜੋ ਜੋ ਮਰਜ਼ੀ ਕਰੀ ਜਾਓ। ਇਹ ਤੁਹਾਡੀ ਐਜੂਕੇਸ਼ਨ ਸਿਸਟਮ ਬਾਰੇ ਨਿਗੂਣੀ ਬਾਉਣੀ ਸਮਝ ਦਾ ਪ੍ਰਤੀਕ ਹੈ। ਅੱਗੇ ਉਹ ਮਤਲਬ ਸਪੀਕਰ ਸਾਹਿਬ ਨੂੰ ਚਾਹੀਦਾ ਸੀਗਾ, ਮਾਣਯੋਗ ਹੈ, ਅਤੇ ਉਹ ਭਾਈ ਵੀ ਤੁਸੀਂ ਪੜ੍ਹਾਈ ਬਾਰੇ ਤਾਂ ਪੁੱਛੋ, ਇਹਦਾ ਕੀ ਈਗੋ ਦਾ, ਜੇ ਉੱਥੇ ਨਹੀਂ ਹੈ ਤਾਂ ਉਹਨਾਂ ਨੂੰ ਇਹ ਪੁੱਛੋ ਕੀ ਨਹੀਂ ਹੈ। ਸੋ ਇਸ ਲਈ ਇਹ ਤਾਂ ਇਹ ਇਸ ਤਰ੍ਹਾਂ ਦਾ, ਅਤੇ ਉਹ ਤੋਂ ਅੱਗੇ ਜਿਹੜੀ ਹੈ ਬਾਈਪਾਸ ਹੋ ਰਹੀ ਹੈ ਉਹ ਹੈਗਾ ਤੁਸੀਂ ਜਿਹੜਾ ਕੇਜਰੀਵਾਲ ਸਾਹਿਬ ਹੈ, ਜਿਵੇਂ ਤੁਸੀਂ ਗੱਲ ਕੀਤੀ ਪਹਿਲਾਂ ਉਹਨਾਂ ਨੇ ਮਿਨਿਸਟਰਾਂ ਦੀ ਮੀਟਿੰਗ ਕਰੀ, CM ਛੱਡਤਾ, ਇਹਦਾ ਮਤਲਬ CM ਨੂੰ ਕੀ ਕੌਣ ਪੁੱਛੂਗਾ ਜੀ, ਫਿਰ ਉਹਦਾ ਸਾਰਾ ਦਫ਼ਤਰ ਬਦਲ ਲਿਆ, ਫਿਰ ਵਿੱਤ ਮੰਤਰੀ ਵਾਲਾ ਵੀ ਉੱਪਰ ਲਾ ਤੇ ਸੁਪਰ, ਹੈ ਨਾ ਜੀ, ਉਹਨਾਂ ਨੂੰ ਕੈਬਨਿਟ ਰੈਂਕ ਦੇ ਤਾ,
ਉਹ ਚਲਾਉਣ ਲੱਗ ਗਏ ਦਿੱਲੀ ਤੋਂ, ਹੁਣ ਦਿੱਲੀ ਤੋਂ ਚੱਲਣ ਲੱਗ ਗਿਆ ਵੀ ਐਮ ਐਲ ਏ ਨੂੰ ਬੁਲਾਓ ਜੀ ਸਿੱਧੇ, ਹੈ ਨਾ। ਇਹਦਾ ਮਤਲਬ ਕੀ ਹੋ ਰਿਹਾ, ਤੇ ਐਮ ਐਲ ਏ ਨੂੰ ਫਿਰ ਤੁਸੀਂ ਇਹ ਕਹੋ ਜਿਵੇਂ ਤੁਸੀਂ ਇਨਫੋਰਮੇਸ਼ਨ ਦੇ ਰਹੇ ਹੋ ਵੀ ਫਾਈਲ ਪਈ ਹੈ, ਉਹਨੂੰ ਡਰਾਇਆ ਧਮਕਾਇਆ ਜਾ ਰਿਹਾ, ਜਾਂ ਤਾਂ ਅੰਦਰੋਂ ਕੋਈ ਖਤਰਾ ਹੋਊਗਾ ਵੀ ਐਮ ਐਲ ਏ ਭੱਜਣ ਲੱਗੇ ਹੈ, ਜਾਂ ਐਮ ਐਲ ਏ ਜਿਹੜੇ ਆ ਉਹਨਾਂ ਤੋਂ ਕੁਛ ਹੋਰ ਕਰਨਾ ਤੁਸੀਂ। ਤੇ ਇਹ ਜਿਹੜਾ ਜਿਹੜਾ ਤੁਸੀਂ ਰਵੱਈਆ ਤਿਆਰ ਕੀਤਾ ਐਮ ਐਲ ਏਆਂ ਨੂੰ ਇਕੱਲੇ ਇਕੱਲੇ ਨੂੰ ਬੁਲਾ ਕੇ ਪੁੱਛਣ ਦਾ, ਤੇ ਪਹਿਲਾਂ ਮੰਤਰੀਆਂ ਦੇ ਬਾਰੇ 'ਚ ਵੀ ਇਹ ਤਾਂ ਕਿਹਾ ਜਾ ਰਿਹਾ ਵੀ ਦਿੱਲੀਓਂ ਮੰਤਰੀ ਬਦਲੇ ਗਏ ਅਤੇ ਦਿੱਲੀਓਂ ਚੇਂਜ ਕਰਾਏ ਗਏ, ਫਿਰ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਜਾਂ ਸਰਕਾਰ ਕਿਵੇਂ ਚੱਲ ਰਹੀ ਹੈ ਨਾ, ਕਿਸ ਹਿਸਾਬ 'ਚ ਚੱਲ ਰਹੀ ਹੈ, ਕਿੱਧਰ ਨੂੰ ਚੱਲ ਰਹੀ ਹੈ। ਅਤੇ ਐਮ ਐਲ ਏਆਂ 'ਤੇ ਤੁਹਾਨੂੰ ਜੇ ਵਿਸ਼ਵਾਸ ਨਹੀਂ ਗਾ, ਮੰਤਰੀਆਂ 'ਤੇ ਵਿਸ਼ਵਾਸ ਨਹੀਂ ਗਾ, ਅਤੇ ਉਹ ਦਿੱਲੀਓਂ ਚੱਲ ਰਿਹਾ ਕਿ ਹਾਂਜੀ ਉਹ ਸੀ ਐੱਮ ਦੇ ਕੋਲ ਹੋਣ, ਫਿਰ ਤੁਸੀਂ ਆਪਣੇ ਆਪ ਹੀ ਇੱਕ ਸੀ ਐੱਮ ਦੀ ਪੁਜੀਸ਼ਨ ਡਾਊਨਗ੍ਰੇਡ ਕਰ ਰਹੇ ਹੋ, ਅਤੇ ਸੀ ਐੱਮ ਦੀ ਪੁਜੀਸ਼ਨ ਡਾਊਨਗ੍ਰੇਡ ਕਰਕੇ ਐੱਮ ਐੱਲ ਏਆਂ ਨੂੰ ਫਿਰ ਸਿੱਧੇ ਪਤਾ ਨਹੀਂ ਕੀ ਕਿਹਾ ਜਾਂਦਾ, ਉੱਥੇ ਕਿਹੜਾ ਉਹ ਬੈਠਾ, ਉਹ ਪੰਜਾਬ ਦੇ ਐੱਮ ਐੱਲ ਏ ਹਾਂਜੀ, ਪੰਜਾਬ ਦੇ ਐੱਮ ਐੱਲ ਏ ਪਾਰਟੀ। ਮੈਂ ਫਿਰ ਇਹੀ ਕਹਿਣਾ ਵੀ ਤੁਸੀਂ ਪਾਰਟੀਆਂ ਦੀ ਮੀਟਿੰਗ ਕਰ ਲਓ, ਸਾਰੇ ਐੱਮ ਐੱਲ ਏ ਦੀ ਇਕੱਠੀ ਦੀ ਮੀਟਿੰਗ ਕਰ ਲਓ, ਕਰ ਸਕਦਾ ਆਮ ਆਦਮੀ ਪਾਰਟੀ ਦਾ ਜਿਹੜਾ ਕਨਵੀਨਰ ਹੈ, ਪਰ ਉਹ ਜੇ ਉਹਦੇ ਉਹਨੂੰ ਤਾਂ ਕੰਫੀਡੈਂਸ ਚਲਾਓ ਨਾ ਜਿਹੜਾ ਚੀਫ ਮਿਨਿਸਟਰ ਹੈ। ਇਹਦਾ ਮਤਲਬ ਤੁਸੀਂ ਚੀਫ ਮਿਨਿਸਟਰ ਇਹ ਕੋਈ ਪਤਾ ਨਹੀਂ ਹੈ, ਇਹ ਪਿੱਛੇ ਜਿਹੜਾ ਪਰਦੇ ਦੇ ਪਿੱਛੇ ਹੋ ਰਿਹਾ, ਐੱਮ ਐੱਲ ਏਆਂ ਨੂੰ ਬੁਲਾ ਕੇ ਕਿਹਾ ਜਾਂਦਾ ਹੋਵੇ ਵੀ ਇਹ ਭਗਵੰਤ ਮਾਨ ਨੂੰ ਬਦਲਣਾ, ਇਹਨੂੰ ਚੇਂਜ ਕਰਨਾ, ਤੇ ਤੁਸੀਂ ਅੰਦਰਲੀ ਮੀਟਿੰਗ ਦਾ ਖਬਰ ਹੈ 1-to-1 ਕੀ ਹੋ ਰਿਹਾ ਤੇ ਕੀ ਕਿਹਾ ਜਾ ਰਿਹਾ, ਕਿਹੜੀ ਉੱਥੇ ਮਤਲਬ ਕਿਹੜੀ ਸਕੀਮ ਦੇ ਅੰਡਰ ਹਰੇਕ ਐੱਮ ਐੱਲ ਏ ਨਾਲ ਗੱਲਬਾਤ ਹੋ ਰਹੀ ਹੈ। ਪਰ ਇਹ ਪੰਜਾਬ ਦੇ ਲਈ ਮਤਲਬ ਮਾੜਾ, ਪੰਜਾਬ ਦੇ ਗਵਰਨੈਂਸ ਦੇ ਤੌਰ 'ਤੇ, ਪੰਜਾਬ ਦੇ ਲੋਕਾਂ ਦਾ ਆਪਣੇ ਲਈ ਫੈਸਲੇ ਕਰਨ ਦੇ ਤੌਰ 'ਤੇ, ਚਾਹੇ ਸਰਕਾਰ ਕਰੇ ਅਤੇ ਪੰਜਾਬ ਦੀ ਸਰਕਾਰ ਲਈ, ਸਰਕਾਰੀ ਐਡਮਿਨਿਸਟ੍ਰੇਸ਼ਨ ਲਈ ਇਸ ਤਰ੍ਹਾਂ ਦੀ ਜਿਹੜੀ ਕਾਰਵਾਈ ਹੈ ਨਾ, ਜਿਵੇਂ ਪਹਿਲਾਂ ਵੀ ਹੋਈ, ਉਹ ਕੋਈ ਚੰਗੀ ਗੱਲ ਨਹੀਂ ਹੈ, ਇਹਦੇ ਕੋਈ ਨਤੀਜੇ ਵਾਲੇ ਠੀਕ ਵੀ ਨਹੀਂ ਹੋਣ ਵਾਲੇ। ਅਤੇ ਆਹ ਹੁਣ 4 ਹੈਗੀਆਂ ਇਲੈਕਸ਼ਨਾਂ 'ਚ ਅਨਾਊਂਸਮੈਂਟ ਸਾਰਿਆਂ ਦੀ ਹੋ ਗਈ, ਇੱਕ ਅਕਾਲੀ ਦਲ ਦੇ ਕੈਂਡੀਡੇਟ ਰਹਿ ਗਏ, ਬਾਕੀ ਤਾਂ ਹੋ ਗਈ, ਹੈ ਨਾ। ਕਈ ਤਾਂ ਪਹਿਲਾਂ ਆਏ ਸੀ ਜਿਵੇਂ ਗੋਲਡੀ ਬਰਾੜ ਵਰਗੇ, ਪਹਿਲਾਂ ਉਹਨਾਂ ਨੇ ਕਾਂਗਰਸ ਨੂੰ ਟਿਕਟ ਨਹੀਂ ਦਿੱਤੀ, ਆਮ ਆਦਮੀ ਪਾਰਟੀ 'ਚ ਚਲੇ ਗਏ, ਆਮ ਆਦਮੀ ਪਾਰਟੀ ਨੇ ਟਿਕਟ ਨਹੀਂ ਦਿੱਤੀ, ਹੁਣ ਕਹਿੰਦੇ ਘਰ ਬਹਿ ਗਏ, ਹੁਣ 27 ਦੀ ਕਹਿੰਦੇ ਆਪਾਂ ਆਪ ਹੀ ਕਰਾਂਗੇ। ਇਹਦਾ ਮਤਲਬ ਟਿਕਟ ਲੈਣ ਤੋਂ ਬਿਨਾਂ ਅਤੇ ਲੜਨ ਤੋਂ ਬਿਨਾਂ ਸਰ ਨਹੀਂ ਸਕਦਾ, ਇਹ ਵੀ ਕਰਦਾਰ ਵੀ ਬਿਨਾਂ ਟਿਕਟ ਵੀ ਤਾਂ ਕੰਮ ਹੋ ਸਕਦਾ, ਬਿਨਾਂ ਟਿਕਟ ਤੋਂ ਬਿਨਾਂ ਨਹੀਂ ਸਰ ਸਕਦਾ, ਇਹਦੇ ਲਈ ਪਾਰਟੀਆਂ ਬਦਲਦੇ ਰਹੋ। ਪਰ ਇਹਦੇ 'ਚ ਹੈਗਾ ਕਿ ਇਹ ਸਾਰਾ ਕੁਝ ਜਿਹੜਾ ਪੰਜਾਬ ਦੀ ਸਰਕਾਰ, ਇਹਨਾਂ ਨੂੰ ਇੱਕ ਮੌਕਾ ਮਿਲਿਆ ਸੀ ਮੈਨੂੰ ਲੱਗਦਾ, ਉਹਦੇ 'ਚੋਂ ਹੁਣ 3.5 ਸਾਲ ਦਾ ਸਮਾਂ ਤਾਂ ਲੰਘ ਗਿਆ, ਪਾਣੀ ਕਾਫੀ ਪੁਲਾਂ ਥੱਲੋਂ ਲੰਘ ਗਿਆ। ਪਹਿਲਾਂ ਸੀਗਾ ਸਮਾਂ ਦੇਣਾ ਚਾਹੀਦਾ, ਅਸੀਂ ਵੀ ਕਹਿੰਦੇ ਰਹੇ ਹਾਂ ਸਮਾਂ ਦੇਣਾ ਚਾਹੀਦਾ, ਪਰ ਹੁਣ ਤਾਂ ਜਿਵੇਂ ਦੇ ਹਾਲਾਤ ਬਣ ਗਏ ਆ ਪੰਜਾਬ ਦੇ, ਅਤੇ ਜਿਵੇਂ ਦੀ ਦਖਲਅੰਦਾਜ਼ੀ ਵੀ ਹੋ ਰਹੀ ਹੈ, ਜਿਵੇਂ ਦੇ ਵਿਵਹਾਰ ਹੋ ਰਹੇ ਆ, ਉਹ ਪੰਜਾਬ ਦੇ ਲਈ ਅਤੇ ਪੰਜਾਬ ਦੇ ਆਉਣ ਵਾਲੇ ਭਵਿੱਖ ਲਈ ਕੋਈ ਬਹੁਤ ਜ਼ਿਆਦਾ ਵਧੀਆ ਨਹੀਂ ਦਿਖ ਰਹੇ। ਇਹਦੇ 'ਚ ਇਹ ਠੀਕ ਆ, ਹੁਣ ਕਿਸਾਨਾਂ ਨੂੰ ਵੀ ਲੜਨਾ ਪੈਣਾ, ਖੇਤ ਮਜ਼ਦੂਰਾਂ ਨੂੰ ਵੀ ਲੜਨਾ ਪੈਂਦਾ, ਲੜ ਹੀ ਰਹੇ ਆ ਉਹ, ਲੜੇ ਤੋਂ ਬਿਨਾਂ ਕੋਈ ਉਹਨਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ, ਕਿਸ ਤਰ੍ਹਾਂ ਦੀ ਲੜਾਈ ਲੜਨ, ਕਿਵੇਂ ਲੜਨ, ਇਹ ਉਹ ਹੈਗੇ ਆ। ਅਤੇ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ, ਕਿਉਂਕਿ ਲੋਕਾਂ ਨੂੰ ਪੰਜਾਬ ਦੇ ਹੁਣ ਸਾਰੇ ਲੋਕਾਂ ਦਾ ਹੀ ਬਚਣਾ ਜੀਰੀ ਝੋਨੇ ਦਾ ਵਿਕਣਾ, ਖੇਤ ਮਜ਼ਦੂਰਾਂ ਦਾ, ਵਿਦਿਆਰਥੀਆਂ ਦਾ, ਹੁਣ ਵਿਦਿਆਰਥੀਆਂ ਦੀ ਫੀਸ ਦੇਣੀ ਹੈ, ਕਿਸੇ ਨੇ ਬਾਹਰ ਮੁੰਡੇ ਭੇਜਿਆ ਉਹਨਾਂ ਦੀ ਫੀਸ ਭੇਜਣੀ ਹੈ, ਪਤਾ ਨਹੀਂ ਕੀ ਖਰਚੇ ਆ, ਅਤੇ ਸਾਰੇ ਵਪਾਰੀਆਂ ਦੇ ਕਿੰਨੇ ਕੁ ਪੈਸੇ ਅਗਲੇ ਨੇ ਆਧਾਰ ਲਿਖਾਏ ਹੋਏ ਆ ਕੱਪੜੇ ਵਾਲਿਆਂ ਦੇ ਹੋਰ ਦੇ, ਇਹ ਸਾਰਾ ਕੁਝ ਚੱਲਦਾ। ਅਤੇ ਇਸ ਲਈ ਆਮ ਲੋਕਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ। ਇਹ ਸਰਕਾਰ ਤੋਂ ਹੱਲ ਨਹੀਂ ਨਿਕਲ ਰਿਹਾ, 2 ਦਿਨ ਦੇ ਕੇ ਦੇਖ ਲਏ, ਫਿਰ 4 ਦਿਨ ਵੀ ਹੋ ਗਏ, ਹੁਣ ਵੀ ਕੋਈ ਤਸੱਲੀ ਬਖਸ਼ ਨਹੀਂ ਹੈ। ਅਤੇ ਆਹ ਜਿਹੜਾ ਮਤਲਬ ਦੂਜੇ ਪਾਸੇ ਸਪੀਕਰ ਸਾਹਿਬ, ਉਹਨੂੰ ਤਾਂ ਬੁਲਾ ਰਹੇ ਹੈ, ਉਹ ਕਹਿੰਦੇ ਮੰਡੀ ਵਾਲਿਆਂ ਨੂੰ ਬੁਲਾ ਕੇ ਉਹਨਾਂ ਨੂੰ ਕਹਿੰਦੇ ਕਿਉਂ ਨਹੀਂ ਝੋਨਾ ਵਿਕਦਾ, ਇਹ ਵੀ ਦੇਖ ਲਓ ਨਾ ਕਿਹਦੀ ਹੋ ਰਹੀ ਹੈ, ਉੱਥੇ ਨਹੀਂ ਹੁਣ ਝੋਨੇ ਵਾਲੀਆਂ ਮੰਡੀਆਂ 'ਚ ਜਾਣੇ ਤਾਂ ਬੰਦ ਹੋ ਗਏ, ਐੱਮ ਐੱਲ ਏ ਸਾਹਿਬ ਵੀ, ਮੰਤਰੀ ਵੀ ਨਹੀਂ ਜਾਂਦੇ ਹੁਣ ਤਾਂ, ਹੈ ਨਾ, ਅੱਜ ਕੱਲ੍ਹ ਸੁਣੀਦਾ ਨਹੀਂ, ਕਿਉਂਕਿ ਉਹਨਾਂ ਨੇ ਕਹਿਤਾ ਵੀ ਘਰਾਓ ਕਰਨਾ, ਤਾਂ ਹੁਣ ਜਾਂਦੇ ਨਹੀਂ, ਪਹਿਲਾਂ ਜਾਂਦੇ ਸੀਗੇ। ਸੋ ਇਸ ਲਈ ਹਾਲਾਤ ਗੰਭੀਰ ਹੈ, ਅਤੇ ਇਹਦੇ ਲਈ ਜਿਹੜੇ ਲੋਕ ਹੈ ਉਹਨਾਂ ਨੂੰ ਇਸ ਵੇਲੇ ਮਤਲਬ ਕਿਸਾਨਾਂ, ਖੇਤ ਮਜ਼ਦੂਰਾਂ ਅਤੇ ਆਮ ਜਿਹੜੇ ਬੰਦੇ ਉਹਨਾਂ ਨਾਲ ਖੜਨ ਦੀ ਜ਼ਰੂਰਤ, ਸਮਝਣ ਦੀ ਲੋੜ ਹੈਗੀ ਹੈ। ਬਿਲਕੁਲ ਬਿਲਕੁਲ। ਸੋ ਟਵਾਣਾ ਸਰ, ਹਾਲਾਤ ਤਾਂ ਬੜੇ ਖਰਾਬ ਨੇ ਜੇਕਰ ਕਿਸਾਨੀ ਦੀ ਗੱਲ ਕੀਤੀ ਜਾਵੇ। ਦੂਜੇ ਪਾਸੇ ਸਿਆਸਤ ਵੀ ਕੋਈ ਸਾਫ਼ ਅਤੇ ਸਪਸ਼ਟ ਨਹੀਂ ਹੈਗੀ, ਸਿਆਸਤ ਵੀ ਗੁੰਝਲਦਾਰ ਹੈ। ਸੱਤਾਧਾਰੀ ਧਿਰ ਦੇ ਐੱਮ ਐੱਲ ਏ ਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰੀਏ, ਓਪੋਜੀਸ਼ਨ ਕੋਈ ਪੋਲੀਟੀਕਲ ਲੜਾਈ ਨਹੀਂ ਇਹਦੇ 'ਤੇ ਖੜੀ ਕਰ ਪਾ ਰਹੀ, ਉਹ ਸਿਰਫ ਸੋਸ਼ਲ ਮੀਡੀਆ ਦੇ ਉੱਪਰ ਲਾਈਵ ਹੋਣ ਤੱਕ ਸੀਮਤ ਨੇ। ਇਸ ਤੋਂ ਅੱਗੇ ਗਰਾਊਂਡ ਲੈਵਲ ਦੀ ਕੋਈ ਓਪੋਜੀਸ਼ਨ ਦੀ ਵੀ ਸਿਆਸਤ ਨਹੀਂ। ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਸੀ ਸ਼੍ਰੋਮਣੀ ਅਕਾਲੀ ਦਲ,
ਉਹਨਾਂ ਦਾ ਫਿਲਹਾਲ ਸੰਕਟ ਡੂੰਘਾ ਹੋ ਗਿਆ। ਪਹਿਲਾਂ ਆਪਸੀ ਮਤਭੇਦ ਸੀ, ਹੁਣ ਜਥੇਦਾਰ ਸਾਹਿਬ ਦੇ ਨਾਲ ਉਹਨਾਂ ਦਾ ਰੌਲਾ ਹੋ ਗਿਆ, ਉਹ ਆਪਣੇ ਘਰ 'ਚ ਹੀ ਉਲਝੇ ਹੋਏ ਨੇ। ਬਾਕੀ ਦੇਖਣ ਵਾਲਾ ਹੋਊਗਾ ਜੋ SKM ਨੇ ਕੌਲ ਦਿੱਤੀ ਹੈ, ਕਿਸ ਤਰੀਕੇ ਦਾ ਇੰਪੈਕਟ ਰਹੂਗਾ, ਸੈਂਟਰ ਕਿਵੇਂ ਡੀਲ ਕਰੂਗਾ ਇਸ ਮਾਮਲੇ ਨੂੰ, ਪੰਜਾਬ ਸਰਕਾਰ ਕਿਵੇਂ ਸਮਝੂਗੀ ਸਾਰੀਆਂ ਗੱਲਾਂ ਨੂੰ, ਜੋ ਵੀ ਹੋਊਗਾ ਤੁਹਾਡੇ ਕੋਲੋਂ ਸਮੇਂ ਸਮੇਂ 'ਤੇ ਅਪਡੇਟ ਲੈਂਦੇ ਰਹਾਂਗੇ। ਸੋ ਥੈਂਕ ਯੂ ਸਰ। ਸ਼ੁਕਰੀਆ ਜੀ, ਧੰਨਵਾਦ ਜੀ। ਦੋਸਤੋ, ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ।